ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਤੁਹਾਨੂੰ ਪਤਾ ਐ ਸਾਡੀ ਟੀਮ ਪਹੁੰਚੀ ਹੈ ਕੈਲੀਫੋਰਨੀਆ ਦੇ ਵਿੱਚ ਵੱਖ-ਵੱਖ ਕਮਿਊਨਿਟੀਆਂ ਤੇ ਲੋਕਲ ਪ੍ਰੋਗਰਾਮਿੰਗ ਤੁਹਾਡੇ ਅੱਗੇ ਪੇਸ਼ ਕਰ ਰਹੇ ਆ ਐਂਡ ਮੈਨੂੰ ਅੱਜ ਬਹੁਤ ਖੁਸ਼ੀ ਹੋ ਰਹੀ ਹੈ ਨਾ ਕਿ ਸਿਰਫ ਇੱਕ ਪਰਿਵਾਰ ਦੇ ਨਾਲ ਬਲਕਿ ਇਹੋ ਜੇ ਬਿਜ਼ਨਸ ਦੇ ਨਾਲ ਤੁਹਾਨੂੰ ਤੁਹਾਡੀ ਗੱਲ ਕਰਾਉਣ ਦੇ ਲਈ ਆਮ ਜੋ ਕਿ ਸਾਡੀ ਕਮਿਊਨਿਟੀ ਨੂੰ ਇੱਕ ਰਾਹ ਦਿਖਾ ਰਹੇ ਖਾਸ ਕਰਕੇ ਇਸ ਟ੍ਰਾਂਸਪੋਰਟੇਸ਼ਨ ਇੰਡਸਟਰੀ ਦੇ ਵਿੱਚ ਸੋ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਪੌਂਟਰੀਆ ਸਟਾਕਟਨ ਕੈਲੀਫੋਰਨੀਆ ਗਿਲਸਨ ਟਰਕਿੰਗ ਦੀ ਲੀਡਰਸ਼ਿਪ ਟੀਮ ਹਰ ਸਿਮਰਨ ਸਿੰਘ ਜੀ ਉਹਨਾਂ ਦੀ ਮਿਸਿਸ ਗੁਰਪ੍ਰੀਤ ਕੌਰ ਵਿਕਰਮਜੀਤ ਸਿੰਘ ਜੀ ਤੇ ਉਹਨਾਂ ਦੀ ਮਿਸਿਸ ਕਵਲਦੀਪ ਕੌਰ ਸਾਰਿਆਂ ਦੇ ਨਾਲ ਗੱਲ ਕਰਾਂਗੇ ਕੀ ਇਨਸਾਈਟਸ ਇਹ ਆਪਣੇ ਐਕਸਪੀਰੀਅੰਸ ਵੱਲੋਂ ਤੁਹਾਡੇ ਨਾਲ ਸਾਂਝੀ ਕਰ ਸਕਦੇ ਆ ਤੇ ਕਿਸ ਪਾਸੇ ਇਹ ਇੰਡਸਟਰੀ ਜਾ ਰਹੀ ਹੈ ਇਨ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ ਪਰ ਅੱਜ ਦਾ ਐਪੀਸੋਡ ਆਪਾਂ ਇੱਕ ਡਿਫਰੈਂਟ ਤਰੀਕੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ ਬਿਕਾਜ਼ ਇਸ ਕੰਪਨੀ ਦੀ ਲੀਡਰਸ਼ਿਪ ਦੇ ਵਿੱਚ ਲੇਡੀਜ਼ ਦਾ ਬਹੁਤ ਵੱਡਾ ਰੋਲ ਹੈ ਲੇਡੀਜ਼ ਫਰਸਟ ਉਹਨਾਂ ਦੇ ਨਾਲ ਸ਼ੁਰੂ ਕਰਾਂਗੇ ਤੁਸੀਂ ਜੈਂਟਸ ਪਲੀਜ਼ ਮਾਈਨਾ ਕਰਨਾ ਬਟ ਪਹਿਲੇ ਲੇਡੀਆਂ ਨਾਲ ਗੱਲ ਕਰਦੇ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸੀ ਅੱਜ ਦਾ ਪ੍ਰੋਗਰਾਮ ਅਪਾ ਇੱਕ ਬਹੁਤ ਹੀ ਸਪੈਸ਼ਲ ਤਰੀਕੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ ਇਸ ਮੰਚ ਤੇ ਖਾਸ ਕਰਕੇ ਜਿੱਥੇ ਪੰਜਾਬੀ ਐਂਟਰਪ੍ਰੈਨਿਓਰਸ ਦੀ ਗੱਲਾਂ ਵੀ ਹੈ ਵੱਖ-ਵੱਖ ਬਿਜ਼ਨੈਸਿਸ ਤੇ ਕਾਰੋਬਾਰ ਆ ਦੇ ਵਿੱਚ ਸਾਡੇ ਪੰਜਾਬੀਆਂ ਨੇ ਕੀ ਮੱਲਾ ਮਾਰੀ ਹੈ ਅਮ ਬਟ ਅਕਸਰ ਸਾਨੂੰ ਜਦੋਂ ਇਨ ਲੀਡਰਸ ਦੇ ਨਾਲ ਬੈੱਕੇ ਗੱਲ ਕਰਨ ਦਾ ਮੌਕਾ ਮਿਲਦਾ ਹੈ ਅਮ देयर ਜੈਂਸ देयर देयर ਮੇਲ which is fine in which ਕੋਈ ਮਾੜੀ ਗੱਲ ਨਹੀਂ ਹੈ ਬਟ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਗਿਲਸਨ ਸ਼ਕਿੰਗ ਫਰਮ ਦੇ ਵਿੱਚ ਲੀਡਰਸ਼ਿਪ ਪੋਜੀਸ਼ਨ ਤੇ ਨਾ ਕੇ ਸਿਰਫ ਜਿੱਥੇ ਹਰ ਸਿਮਰਨ ਗਿਲਸਨ ਤੇ ਬਿਕਰਮਜੀਤ ਸਿੰਘ ਜੀ ਲੀਡਰਸ ਹੈਗੇ ਉਨਾ ਦੀ ਦੋਨਾਂ ਦੀ ਮਿਸਿਸ ਵੀ ਇੱਥੇ ਬਿਲਕੁਲ ਮਤਲਬ ਲੀਡਰਸ਼ਿਪ ਰੋਲ ਤੇ ਆਪਣਾ ਰੋਲ ਨਿਭਾ ਰਹੀਆਂ ਇਸ ਕੰਪਨੀ ਦੇ ਵਿੱਚ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਦੋਨਾਂ ਲੇਡੀਜ਼ ਨੂੰ ਇਸ ਸੈਗਮੈਂਟ ਦੇ ਵਿੱਚ ਸਵਾਗਤ ਕਰਦੇ ਹੋਏ ਵੀ ਗੋਣੇ ਸਟਾਰਟ ਦ ਪ੍ਰੋਗਰਾਮ ਆਫ ਬਿਕੋਜ਼ ਲੇਡੀਜ਼ ਫਰਸਟ ਅਮ ਸਭ ਤੋਂ ਪਹਿਲੇ ਤੁਹਾਨੂੰ ਦੋਨਾਂ ਨੂੰ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਗੁਰਪ੍ਰੀਤ ਜੀ ਤੁਸੀਂ ਹਰਸਿਮਰਨ ਜੀ ਦੇ ਮਿਸਿਸ ਤੇ ਕਵਲਦੀਪ ਜੀ ਤੁਸੀਂ ਬਿਕਰਮਜੀਤ ਸਿੰਘ ਜੀ ਦੇ ਮਿਸਿਸ ਅਮ ਐਂਡ ਯੂ ਗਾਇਜ਼ ਬੋਥ ਤੁਸੀਂ ਮਤਲਬ ਲਾਈਕ ਆਪਣਾ ਯੂ ਨੋ ਰੋਲ ਆਪਣੇ ਡਿਪਾਰਟਮੈਂਟ ਸੰਭ ਰਹੇ ਹੋ ਬਟ ਆ ਵਾਂਟ ਟੂ ਸੇ ਹੇਅਰ ਹਰ ਇੱਕ ਬਿਜ਼ਨਸ ਦੇ ਵਿੱਚ ਮੈਂ ਕਹਾਂਗੀ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਪ੍ਰੋਬਬਲੀ ਦ ਮਨੀ ਮਨੀ ਗੋਇੰਗ ਇਨ ਮਨੀ ਕਮਿੰਗ ਆਊਟ ਐਂਡ ਦੋਨੋ ਲੇਡੀਜ਼ ਨੇ ਇਹ ਇਨ ਐਂਡ ਆਊਟ ਸੰਭਿਆ ਹੋਇਆ ਆਮ ਸੋ ਸਭ ਤੋਂ ਪਹਿਲੇ ਗੁਡਪੀ ਜੀ ਆਈ'ਡ ਲਵ ਟੂ ਸਟਾਰਟ ਵਿਦ ਯੂ ਆਮ ਟੂ ਸੀ ਅ ਬਿਜ਼ਨਸ ਨੂੰ ਕੈਸੇ ਸੰਦੇ ਵਿੱਚ ਐਂਟਰ ਕੀਤੇ ਤੁਸੀਂ ਐਂਡ ਤੁਹਾਡਾ ਕੀ ਰੋਲ ਹੈ ਆ ਮੈਂ ਟਰਕਿੰਗ ਦੇ ਵਿੱਚ ਸਿਮਰਨ ਦੇ ਨਾਲ 2013 ਦੇ ਵਿੱਚ ਸਟਾਰਟ ਕੀਤਾ ਸੀਗਾ ਤੇ ਮੈਂ ਉਦੋਂ ਤੋਂ ਹੀ ਅਕਾਊਂਟਿੰਗ ਦੇ ਵਿੱਚ ਹੀ ਜਾਂ ਅਕਾਊਂਟਿੰਗ ਡਿਪਾਰਟਮੈਂਟ ਦੇ ਵਿੱਚ ਰਾਈਟ ਨਾਓ ਐਸ ਟਾਈਮ ਮੈਂ ਬਿਲਿੰਗ ਡਿਪਾਰਟਮੈਂਟ ਨੂੰ ਲੀਡ ਕਰਦੀ ਆ ਜੀ ਤੇ ਮੇਰੇ ਅੰਡਰ ਮੇਰੀ ਇੱਕ ਟੀਮ ਆ ਸੋ ਬੇਸਿਕਲੀ ਜਿੰਨਾ ਵੀ ਅਸੀਂ ਕੰਮ ਕਰਦੇ ਆ ਜਿੰਨੇ ਵੀ ਲੋਡ ਡਿਲੀਵਰਡ ਹੁੰਦੇ ਆ ਤੇ ਉਹਨਾਂ ਦੀ ਜਿਹੜੇ ਕਸਟਮਰ ਨੂੰ ਬਿਲਿੰਗ ਕਰਨੀ ਹੁੰਦੀ ਆ ਪੇਮੈਂਟ ਕੋਈ ਵੀ ਬਿਜ਼ਨਸ ਬਿਨਾ ਪੈਸੇ ਤੋਂ ਤਾਂ ਚੱਲਦਾ ਨਹੀਂ ਹੈਗਾ ਜੀ ਫਿਰ ਉਹਦਾ ਮੇਕ ਸ਼ੋਰ ਕਰਨਾ ਹੁੰਦਾ ਕਿ ਬਿਲ ਹੋਵੇ ਸੋ ਅਸੀਂ ਡੇਲੀ ਬਿਲਿੰਗ ਕਰਦੇ ਆ ਜੀ ਕਸਟਮਰਸ ਨੂੰ ਅਸੀਂ ਇਨਵੋਇਸਸ ਕਰ ਲਦੇ ਆ ਫਿਰ ਉਸ ਤੋਂ ਬਾਅਦ ਇੱਕ ਅਗਲਾ ਪ੍ਰੋਸੈਸ ਹੁੰਦਾ ਹੈ ਕਿ ਹੁਣ ਪੇਮੈਂਟਸ ਕਿੱਦਾਂ ਆਉਣੀਆਂ ਆ ਸੋ ਉਹ ਸਾਡਾ ਹੁੰਦਾ ਕਿ ਜੇ ਤਾਂ ਕੋਈ ਇਸ਼ੂ ਨਾ ਹੋਵੇ ਤੇ ਆਟੋਮੈਟਿਕਲੀ ਕਿਸੇ ਕੋਈ 7 ਡੇ 15 30 ਐਵਰੀ ਕਸਮਰ ਦਾ ਡਿਫਰੈਂਟ ਪ੍ਰੋਟੋਕਾਲ ਹੁੰਦਾ ਪੇ ਕਰਨ ਦਾ ਤੇ ਉਹ ਉਹਦੇ ਹੀ ਪੇ ਕਰਦੇ ਆ ਤੇ ਇਨ ਬਿਟਵੀਨ ਜੇ ਕੋਈ ਇਸ਼ੂ ਹੋਵੇ ਫਿਰ ਉਹ ਇੱਕ ਮੇਰੀ ਲਾਈਕ ਟੀਮ ਆ ਉਹਨੂੰ ਚੈੱਕ ਕਰਨਾ ਹੁੰਦਾ ਆ ਸੋ ਇਹ ਸਾਡਾ ਡੇਲੀ ਪ੍ਰੋਸੈਸ ਆ ਕਿ ਡੇਲੀ ਇਨਵੋਇਸਿੰਗ ਹੋਣੀ ਆ ਡੇਲੀ ਅਸੀਂ ਪੇਮੈਂਟ ਰੀਸੀਵ ਕਰਨੀ ਆ ਜੇ ਕੋਈ ਇਸ਼ੂ ਆ ਤੇ ਉਹ ਇਸ਼ੂ ਤੇ ਵਰਕ ਕਰਨਾ um you know usually jananiyan layi ik workplace de vich um different challenges hunde hai right and unna te zyada discussion nahi hundi but ट्रकिंग ਦੇ ਵਿੱਚ ਖਾਸ ਕਰਕੇ ਇਹ ਬਹੁਤ ਹੀ ਇੱਕ ਮੇਲ ਡੋਮਿਨੇਟਡ ਫੀਲਡ ਹੈ ਪਾਵੇਂ ਤੁਹਾਡਾ ਆਪ ਦਾ ਬਿਜ਼ਨਸ ਹੋਏ اسپੈਸ਼ਲੀ ਵਨ ਇਟ ਕਮਸ ਟੂ ਰੀਸੀਵਿੰਗ ਦ ਮਨੀ ਹੈ ਨਾ ਲੋਕੀ ਤਾਂ ਉਦਾਂ ਹੀ ਔਖੇ ਹੋ ਜਾਂਦੇ ਆ ਪੈਸੇ ਨੂੰ ਲੈ ਕੇ ਆਮ ਯੂ ਬੀਇੰਗ ਅ ਵੂਮਨ ਬੀਇੰਗ ਇਨ ਚਾਰਜ ਆਫ ਦਿਸ ਡਿਪਾਰਟਮੈਂਟ ਤੁਹਾਨੂੰ ਕਿਸ ਤਰ੍ਹਾਂ ਦੇ ਚੈਲੰਜਸ ਫੇਸ ਕਰਨੇ ਪੈਂਦੇ ਆ ਚੈਲੰਜਸ ਫੋਰ ਅਸ ਕਿਸ ਅਸੀਂ ਲਾਈਕ ਅ ਕਸਟਮਰ ਜਿਹੜੇ ਨੋ ਨਾ ਬਿਗ ਕਸਟਮਰ ਅਸੀਂ ਉਹਨਾਂ ਨਾਲ ਕੰਮ ਕਰਦੇ ਆ ਬਹੁਤ ਘੱਟ ਇਦਾਂ ਹੋਇਆ ਕਿ ਕੋਈ ਇਸ਼ੂ ਆਵੇ ਜਿੱਥੇ ਕਦੀ ਹੁੰਦਾ ਵੀ ਆ ਕਿ ਜਿਹੜਾ ਕਸਟਮਰ ਲਾਈਕ ਉਹਨਾਂ ਨੇ ਕੰਪਨੀ ਸ਼ਟ ਡਾਊਨ ਕਰ ਦਿੱਤੀ ਆ ਹਨਾ ਤੇ ਫਿਰ ਤੁਹਾਡਾ ਇੱਕ ਹੋਰ process ਸ਼ੁਰੂ ਹੋ ਜਾਂਦਾ ਹੈ ਕਿ ਹੁਣੇ ਪੈਸੇ ਆਪਣੇ ਮਾਰੇ ਜਾਣੇ ਆ ਜਾਂ ਕੋਸ਼ੀਆ ਹਨਾ ਕੇ ਵਾਰੀ ਲਾਈਕ ਇਦਾਂ ਵੈਸੇ ਬਹੁਤ ਘੱਟ ਹੁੰਦੇ ਆ ਕਿਉਂਕਿ ਜਦੋਂ ਤੁਸੀਂ ਇੱਕ ਲੈਵਲ ਤੇ ਪਹੁੰਚ ਜਾਂਦੇ ਆ ਫਿਰ ਤੁਸੀਂ ਨੋਨ ਕਸਟਮਰਾਂ ਨਾਲ ਹੀ ਕੰਮ ਕਰਦੇ ਆ ਬਸ ਲਾਈਕ ਕਿ ਇੰਨੀ ਜ਼ਿਆਦਾ ਇਸ਼ੂ ਤਾਂ ਨਹੀਂ ਆਉਂਦੇ ਮੇਬੀ ਸਾਲ 'ਚ 1 2 3 ਕਸਟਮਰ ਇਦਾਂ ਦੇ ਹੋਣਗੇ ਕਿ ਜਿੱਥੇ ਤੁਹਾਡਾ ਲਾਸ ਹੁੰਦਾ ਲਾਸ ਹੁੰਦਾ ਵੀ ਲੈਣਾ ਵੀ ਪੈਂਦਾ ਆ ਜੀ ਜੀ ਉਹਨੂੰ ਗਾਹ ਵੀ ਅਸੀਂ ਫਾਲੋ ਕਰਦੇ ਆ ਫੇ ਕੋਈ ਹਾਇਰ ਕੀਤੀ ਹੁੰਦੀ ਆ ਥਰਡ ਕੰਪਨੀ ਜਿਹੜੀ ਸਾਡੇ ਲਈ ਕੰਮ ਕਰਦੀ ਆ ਫਿਰ ਅਸੀਂ ਉਹਨੂੰ ਉਹ ਦੇਣਦੇ ਆਫਟਰ 90 ਔਰ uh, 120 ਡੇਸ ਵੀ ਟ੍ਰਾਈ ਫਰਸਟ ਟੂ ਗੈਟ ਦ ਮਨੀ ਇਫ ਨਾਥਰ ਦੈਨ ਫਿਰ ਅਸੀਂ ਉਹਨਾਂ ਨੂੰ ਦੇਣਨੇ ਆ ਕਿ ਹੈਲਪ ਅਸ ਕਿ ਜਿੰਨਾ ਵੀ ਹੋ ਸਕਦੇ ਆ ਚੈਲੰਜਸ ਕਿਉਂਕਿ ਅ ਇੱਥੇ ਕੰਮ ਕਰਦੇ ਆ ਹੋਰ ਤਾਂ ਕੋਈ ਐਡਾ ਵੱਡਾ ਮੈਨੂੰ ਚੈਲੰਜ ਨਹੀਂ ਹੋਇਆ ਕਿ ਗੱਦੀ ਕਿਸ ਨੇ ਡਿਸਰੈਸਪੈਕਟ ਕੀਤੀ ਹੋਵੇ ਨਾ ਵਾਓ ਐਦਾਂ ਦਾ ਕਦੀ ਨਹੀਂ ਹੋਇਆ ਅ ਹਾਂ ਜਿਹੜੇ ਆਪਣੇ ਡਰਾਈਵਰ ਆ ਸਮ ਟਾਈਮ ਉਹਨਾਂ ਦੇ ਨਾਲ ਲਾਈਕ ਪੇਪਰ ਲੈਣੇ ਹੁੰਦੇ ਆ ਐਡੇ ਵੱਡੇ ਇਸ਼ੂ ਨਹੀਂ ਆਏ ਜਿੱਥੇ ਆਪਾਂ ਫੀਲ ਕਰੀਏ ਕਿ ਐਸ ਅ ਔਮਨ ਮੈਨੂੰ ਡਿਸਰੈਸਪੈਕਟ ਲੱਗਾ ਇਸ ਜੇ ਦੇ ਵਿੱਚ ਬਰੀ ਰਿਸਪੈਕਟਫੁਲ ਜੌਬ ਤੇ ਸਾਰਿਆਂ ਨੂੰ ਹੁੰਦਾ ਹੀ ਆ ਕਿ ਇੱਕ ਲੇਡੀ ਆ ਦੀ ਰਿਸਪੈਕਟ ਕਰਨੀ ਆ ਸੋ ਦੇਰ ਇਜ਼ ਨਾਟ ਐਦਾ ਮੈਨੂੰ ਫੀਲ ਨਹੀਂ ਹੋਇਆ ਕਿ ਆਮ ਇਨ ਅ ਰੋਂਗ ਫੀਲਡ ਨੋ ਬਟ ਦੈਟਸ ਇਹ ਤੁਸੀਂ ਬਹੁਤ ਇੱਕ ਪੋਜ਼ਿਟਿਵ ਆਮ ਐਕਸਪੀਰੀਅੰਸ ਸਾਡ ਨਾਲ ਸ਼ੇਅਰ ਕੀਤਾ ਆਈ ਅਪਰੀਸ਼ੀਏਟ ਥੈਟ ਆਮ ਕਵਲਦੀਪ ਜੀ ਸੋ ਜਿੱਥੇ ਗੁਰਪ੍ਰੀਤ ਜੀ ਮਨੀ ਇਨ ਨੂੰ ਸਾਹਮਣੇ ਤੁਸੀਂ ਮਨੀ ਆਊਟ ਨੂੰ ਸਾਹਮਣੇ ਹੈ ਤੁਸੀਂ ਬਿਜ਼ਨਸ ਨੂੰ ਕਦੋਂ ਜੁਆਇਨ ਕੀਤਾ ਤੁਹਾਡਾ ਕੀ ਰੋਲ ਹੈ ਐਕਚੁਅਲੀ ਮੈਂ 2019 ਚ ਜੁਆਇਨ ਕੀਤੀ ਗਿਲਸਨ ਐਂਡ ਮੈਂ Um, पेरोल डिपार्टमेंट मैनेज करती हूँ जी आम कितने जाने आधा पेरोल तो आधे अंडर चल रहे थे थ्री हंड्रेड इम्प्लॉयज वाव दैट्स अलार्ड आम यू नो पेरोल एक बहुत ही सेंसिटिव डिपार्टमेंट है ना किसी भी बिजनेस दे बीच राइट सो ऑफ कोर्स आम की कुछ चैलेंजेस तो अनु फेस करने पे ना एस्पेशली बीइंग अ वूमेन समथिंग मतलब तो आधे लाइफ वक्रा जो तो सी एक्सपीरियंस नहीं आई थिंक every business like same kind of i jee know jee. process change hunda hai but uh, like uh, i did not feel ke mainu kuch like different laga uh, trucking company ch. Mm -hmm. uh, only i think thing is like uh, to drivers nal thoda zyada plan trainer than as compared like jee other jee. employee ji ji uh, aur uh, payroll actually assi karde hain weekly acha ji so it's uh, too much uh, ਵਰਕ ਲਾਈਕ ਵੀ ਕਦੀ ਵੀ ਬ੍ਰੇਕ ਨਹੀਂ ਮਿਲਦੀ ਵਾਓ ਲਾਈਕ ਰਿਸੀਵਿੰਗ ਚ ਵੀ ਕੈਨ ਵੇਟ ਲਾਈਕ ਨਹੀਂ ਮਿਲਿਆ 60 ਡੇਸ ਹਾਂਜੀ 90 ਡੇਸ ਵੀ ਕੈਨ ਵੇਟ ਬਟ ਪੇਰੋਲ ਵੀ ਹੈਵ ਟੂ ਪੇ ਯੂ ਹੈਵ ਟੂ ਐਵਰੀ ਵੀਕ ਸੋ ਸੋ ਮਤਲਬ ਇਹ ਤੁਸੀਂ ਥੋੜਾ ਜਿਹਾ ਜਤਾਂਦੇ ਹੋ ਵਿਕਰਮਜੀਤ ਜੀ ਨੂੰ ਕਿ ਦੇਖੋ ਮੈਨੂੰ ਤੁਸੀਂ ਵਧੀਆ ਵਕੇਸ਼ਨ ਤੇ ਲੈ ਕੇ ਜਾ ਮੈਂ ਕਿੰਨੀ ਹਾਰਡ ਵਰਕ ਕਰਦੀ ਆ ਨਹੀਂ ਐਕਚੁਅਲੀ ਉਹਨਾਂ ਕੋਲ ਸਾਡੇ ਨੂੰ ਵੀ ਜ਼ਿਆਦਾ ਰਿਸਪੌਂਸਿਬਿਲਟੀਆਂ ਨੇ ਸੋ ਤੇ ਤੁਸੀਂ ਤਾਂ ਸਾਨੂੰ ਇਹਦੇ ਵਿੱਚ ਲੈ ਕੇ ਆਏ ਕਿ ਪੁੱਛਣ ਹੀ ਨਾ ਨਹੀਂ ਬਟ ਬਟ ਦਿਸ ਇਜ਼ ਅ ਗੁੱਡ ਕੁਐਸਚਨ ਜੋ ਤੁਸੀਂ ਹੁਣ ਇੱਕ ਐ ਸਟੇਟਮੈਂਟ ਰਾਈਟ ਇਹ ਡਿਸੀਜਨ ਕਿਸ ਤਰ੍ਹਾਂ ਬਣਿਆ ਕਿ ਤੁਹਾਨੂੰ ਵਾਈਵਸ ਨੂੰ ਇਨਵੋਲਵ ਕੀਤਾ ਜਾਏ ਬਿਜ਼ਨਸ ਦੇ ਵਿੱਚ ਆਈ ਮੀਨ ਯੂ نو ਮੈਨੂੰ ਪਹਿਲੇ ਵੀ ਦੱਸ ਸੀ ਆਈ ਲਵ ਇਟ ਟੈਲ ਅਸ ਵਾਈਬਸ ਨੂੰ ਲੈ ਕੇ ਆਨ ਦਾ ਬਿਜ਼ਨਸ ਦੇ ਵਿੱਚ ਕੀ ਮੋਟੀਵੇਸ਼ਨ ਸੀਗੀ ਜੋ ਮੈਨੂੰ ਲੱਗਦਾ ਜਦ ਜਦੋਂ ਵੀ ਜਦੋਂ ਇੱਕ ਫੈਮਿਲੀ ਬਿਜ਼ਨਸ ਹੁੰਦਾ ਨਾ ਤੇ ਉਹਦੇ ਵਿੱਚ ਜੇ ਤੁਹਾਡਾ ਫੈਮਿਲੀ ਮੈਂਬਰ ਕਰੇ ਆਈ ਥਿੰਕ ਕਲੈਰਿਟੀ ਥੋੜੀ ਜ਼ਿਆਦਾ ਹੁੰਦੀ ਆ राइट ਜਦੇ ਜੇ ਮੈਂ ਹੁਣ ਬਿਲਿੰਗ ਡਿਪਾਰਟਮੈਂਟ ਦੀ ਗੱਲ ਕਰਦੀ ਆ ਰਾਈਟ ਜੇ ਬਿਲਿੰਗ ਡਿਪਾਰਟਮੈਂਟ ਚ ਮੈਂ ਕਰਦੀ ਆ ਤੇ ਜੇ ਮੇ ਕੋਈ ਕੋਈ ਗਲਤੀ ਵੀ ਹੋਊਗੀ ਤੇ ਮੈਂ ਉਹਨੂੰ ਐਕਸੈਪਟ ਕਰੂੰਗੀ ਜੇ ਮੈਨੂੰ ਲੱਗਦਾ ਕਿ ਪੈਸਾ ਮਰਨ ਡਿਆ ਮੈਨੂੰ ਦਰਦ ਵੀ ਹੋਊਗਾ ਕਿਉਂਕਿ ਮੈਨੂੰ 8 to 5 ਤੋਂ ਬਾਅਦ ਵੀ ਉਹਦਾ ਦਰਦ ਹੋਊਗਾ ਕਿ ਸਾਡੇ ਪੈਸੇ ਲਾਸ ਹੋਣ ਰਹੇ ਆ ਹਨਾ ਤੇ ਮੈਂ ਉਹਦੇ ਬਾਰੇ ਲਾਈਕ ਆਪਣੇ ਕੰਮ ਤੇ ਤਾਂ ਸੀ ਹਰ ਸੇਮਨ ਅਜਾ ਵਿਕਰਮਪਾ ਜੀ ਆ ਅਸੀਂ ਉਹਨਾਂ ਨੂੰ ਬੋਸ ਹੀ ਮੰਨਦੇ ਆ ਨਾ ਕਿ ਠੀਕ ਆ 5 ਤੋਂ ਬਾਅਦ ਇੱਕ ਫੈਮਲੀ ਆ ਪਰ ਇੱਥੇ ਅਸੀਂ ਇੱਕ ਦੂਜੇ ਨੂੰ ਨਹੀਂ 5 ਤੋਂ ਬਾਅਦ ਤੁਸੀਂ ਦੋਨੋਂ ਬੌਸ ਦੋਨੋਂ ਬੌਸ ਐਗਜ਼ੈਕਟਲੀ ਹਾਂ ਜੀ ਪਰ ਪਹਿਲਾਂ ਐਸ ਟਾਈਮ ਉਹ ਸਾਡੇ ਬੌਸ ਹੁੰਦੇ ਸੋ ਆਲਵੇਸ ਡਿਸਕਸ ਅਸੀਂ ਵੀਕਲੀ ਮੀਟਿੰਗ ਕਰਦੇ ਆ ਚਾਹੇ ਚਾਰੇ ਜਾਣੇ ਰਲ ਕੇ ਕਿ ਜਿੱਦਾਂ ਮੈਂ ਬਿਲਿੰਗ ਬਾਰੇ ਦੱਸਣਾ ਹੁੰਦਾ ਕਮਲ ਜੀ ਨੇ ਪੇਰੋਲ ਬਾਰੇ ਦੱਸਣਾ ਹੁੰਦਾ ਆ ਜੀ 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 ਬਿਕਰਮਪਾ ਜੀ ਨੇ ਓਵਰਆਲ ਦੱਸਣਾ ਹੁੰਦਾ ਸਿਮਰਨ ਦਾ ਇੱਕ ਆਪਣਾ ਰੋਲ ਆ ਸੋ ਸੀ ਆਲਵੇਸ ਡਿਸਕਸ ਕਰਦੇ ਆ ਕਿ ਕੀ ਸਾਡੀਆਂ ਪ੍ਰੋਬਲਮ ਆ ਜਾਂ ਕਿੱਥੇ ਸਾਡਾ ਲਾਸ ਹੋਇਆ ਆ ਮੈਂ ਆਪਣਾ ਡਿਪਾਰਟਮੈਂਟ ਦੱਸਣਾ ਹੁੰਦਾ ਕਮਲ ਨੇ ਆਪਣਾ ਦੱਸਣਾ ਹੁੰਦਾ ਫਿਰ ਅਸੀਂ ਡਿਸਕਸ ਕਰਦੇ ਆ ਕਿ ਜੇ ਇਥੋਂ ਲਾਸ ਹੋਇਆ ਜੇ ਕਿ ਸਾਡੇ ਪੈਸੇ ਮਰੇ ਆ ਤੇ ਆਪਾਂ ਨੂੰ ਕਿੱਦਾਂ ਕਰਨਾ ਜੇ ਪੇਰੋਲ 'ਚ ਕੋਈ ਡਰਾਈਵਰਾਂ ਦਾ ਇਸ਼ੂ ਆ ਤੇ ਉਹ ਕਮਲ ਜੀ ਨੇ ਜਾਦਾ ਕਲੈਰਿਟੀ 'ਚ ਦੱਸਣਾ ਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਿਉਂ ਇਸ਼ੂ ਆਉਣ ਡਿਆ ਆ ਡਰਾਈਵਰ ਕਿਤੇ ਖਰਾਬ ਤਾਂ ਨਹੀਂ ਹੋਣ ਡਿਆ ਆ ਆਨ ਦਾ ਰੋਡ ਕਿ ਜੇ ਕਿਉਂਕਿ ਜਿੰਨਾ ਚਿਰ ਤੁਸੀਂ ਆਪਣਾ ਬੰਦਾ ਵੇਚ ਲਈ ਇਹਨਾਂ ਦਾ ਤੁਹਾਨੂੰ ਕਲੈਰਿਟੀ ਨਹੀਂ ਆਉਂਦੀ ਕਿਉਂਕਿ EMPLOYE ME ਨਹੀਂ ਹੈ ਕਹਿੰਦੀ ਕੰਮ ਬਹੁਤ ਵਧੀਆ ਕਰਦੇ ਆ ਪਰ ਕਿਸੇ ਟਾਈਮ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਕੋਈ ਗੱਲ ਹੀ ਜੇ ਨਾਂ ਵੀ ਦੱਸਿਆ ਮੇਰੇ ਤੇ ਨਹੀਂ ਆਊਗਾ ਹਨਾ ਹਾਂ ਜੀ ਹਾਂ ਜੀ ਸੋ ਆਈ ਥਿੰਕ ਇਟਸ ਆਲਵੇਸ ਗੁੱਡ ਟੂ ਹੈਵ ਅ ਯੂ نو ਫੈਮਿਲੀ ਅਸੀਂ ਲਾਈਕ ਯੂ نو ਜੁਆਇਨ ਕੀਤਾ ਆਈ ਥਿੰਕ ਇਟ ਇਸ ਕਿ ਕੁਝ ਇੰਪਰੂਵਮੈਂਟ ਜਦੋਂ ਤੁਸੀਂ ਦੋਨੋਂ ਨੇ ਜੁਆਇਨ ਕੀਤਾ ਐਨੀ ਨੋਟਿਸਿਬਲ ਚੇਂजेस ਇਹ ਤਾਂ ਹੁਣ ਜੀ ਉਹ ਹੀ ਦੱਸ ਸਕਦੇ ਆ ਜਿਹਨੂੰ ਪੁੱਛਾਈ ਨਾ ਹਾਂ ਅਸੀਂ ਤਾਂ ਆਪਣੀ ਸਿਸਟ ਕੀ ਕਰ ਸਕਦੇ ਹਾਂ ਨਹੀਂ ਬਟ ਫਿਰ ਵੀ ਸੋ ਯੂ نو ਜਦੋਂ ਔਮ ਊਮਨ ਨੂੰ ਪ੍ਰੋਫੈਸ਼ਨਲੀ ਵੇਖਿਆ ਜਾਂਦਾ ਹੈ ਇੱਕ ਬਹੁਤ ਵੱਡੀ ਗੱਲ ਹੁਣ ਸੋਸਾਇਟੀ ਦਾ ਦੀ ਹੈ ਪੱਕੀ ਕਹਿ ਸਕਦੇ ਹਾਂ ਰਾਈਟ ਬਟ ਔਮ ਔਰਤਾਂ ਨੂੰ ਲੈ ਕੇ ਯੂਜੂਲੀ ਇੱਕ ਮਾਂ ਇੱਕ ਬੀਵੀ ਇੱਕ ਹੋਮ ਮੇਕਰ ਦਾ ਪ੍ਰਾਇੋਰਟੀ ਦਿੱਤੀ ਜਾਂਦੀ ਹੈ ਰਾਈਟ ਐਂਡ ਤੁਹਾਡੇ ਦੋਨਾਂ ਦੇ ਨਿੱਕੇ ਨਿੱਕੇ ਬੱਚੇ ਆ ਯੂ ਹੈਵ ਟੀਨੇਜ ਯੂ نو ਪ੍ਰੀ ਟੀਨੇਜ ਬੋਇਸ ਤੁਹਾਡੇ ਨਿੱਕੇ ਬੱਚੇ ਐ ਹਾਊ ਡੂ ਯੂ ਮੈਨੇਜ ਪ੍ਰੋਫੈਸ਼ਨਲ ਤੇ ਇੱਕ ਮਾਂ ਇੱਕ ਹੋਮ ਮੇਕਰ ਦਾ ਜੋ ਮਤਲਬ ਉਹ ਵੀ ਤੁਹਾਡੀ ਰਿਸਪੌਂਸਿਬਿਲਟੀ ਉਹ ਤੁਸੀਂ ਕਿੱਦਾਂ ਮੈਨੇਜ ਕਰਦੇ ਹੋ ਆਈ ਥਿੰਕ ਮੈਂ ਤਾਂ ਹੀ ਕਹੂੰਗੀ ਕਿ ਸਾਡੇ ਕੋਲ ਫੈਮਿਲੀ ਸਪੋਰਟ ਆ ਹਨਾ ਮਦਰ ਨਾਲ ਸਬੰਧ ਮਾ ਮਾ ਹਨਾ ਡੈਡ ਸੀ ਪਰ ਸਾਨੂੰ ਕਦੀ ਲੱਗਾ ਹੀ ਨਹੀਂ ਕਿ ਬੱਚੇ ਹਮੇਸ਼ਾ ਉਹ ਹੀ ਟੇਕ ਕੇਅਰ ਕਰਦੇ ਆ ਸਕੂਲੋਂ ਲੈ ਕੇ ਆਉਣਾ ਛੱਡਣਾ ਹਨਾ ਤੇ ਇੱਕ ਜੌਬ ਆ ਜਿਹੜੇ ਇੱਥੇ ਹਰ ਕੋਈ ਜਿਹੜਾ ਵੀ ਆਉਂਦਾ ਮਰਕਸ ਚ ਡੀਐਮ ਲੈ ਕੇ ਜੌਬ ਤਾਂ ਉਹ ਕਰਦਾ ਹੀ ਆ ਹਨਾ ਪਰ ਮੈਂ ਤਾਂ ਸੋਚਦੀ ਆ ਕਿ ਅਸੀਂ ਲੱਕੀ ਆ ਕਿ ਸਾਨੂੰ ਕੰਮ ਤੇ ਵੀ ਘਰ ਵਾਲਾ এনवायरमेंट ਆ ਲਾਈਕ ਕੁਛ ਵੀ ਹੁੰਦਾ ਆ ਅਸੀਂ ਉਸੇ ਵੱਲੇ ਘਰ ਵੀ ਜਾ ਸਕਦੇ ਆ ਕੋਈ ਐਮਰਜੈਂਸੀ ਹੋਵੇ ਹਨਾ ਤੇ ਮੇਬੀ ਜੇ ਅਸੀਂ ਉਧਰ ਜੌਬ ਕਰਦੇ ਇੰਨੀ ਸਾਨੂੰ ਨਾ ਹੁੰਦੀ ਫਲੈਕਸੀਬਿਲਿਟੀ ਨਾ ਹੁੰਦੀ ਪਰ ਇਟਸ ਲਾਈਕ ਘਰ ਵੀ ਇੱਕ ਟੀਮ ਵਰਕ ਨਾਲ ਹੀ ਚੱਲਦਾ ਹਨਾ ਇਟ ਵਾਸ ਆਲ ਟੀਮ ਐਫਰਟ ਕਿ ਮੰਮੀ ਡੈਡੀ ਬੱਚੇ ਸਾਂਭਦੇ ਆ ਤੇ ਅਸੀਂ ਕਾਮ ਤੇ ਆਉਂਦੇ ਆ ਕਦੀ ਯੂ نو ਇਦਾਂ ਦਾ ਸਾਨੂੰ ਲੱਗਾ ਨਹੀਂ ਕਿ ਉਹ ਪ੍ਰੋਬਲਮ ਆਸੀ ਕੰਮ ਨਹੀਂ ਕਰ ਸਕਦੇ ਇਟਸ ਨੇਵਰ ਹੈਡ ਦੈਟ ਇਸ਼ੂ ਯੈਸ ਵੰਡਰਫੁਲ ਵੰਡਰਫੁਲ ਐਂਡ ਯੂ نو ਆਈ ਮੀਨ ਵਾਂਸ ਅਗੇਨ ਲੇਡੀਜ਼ ਦੋਤੇ ਦੋਨਾਂ ਦੇ ਨਾਲ ਇਹ ਪਰਸਪੈਕਟਿਵ ਸੁਣ ਕੇ ਮੈਨੂੰ ਤਾਂ ਬਹੁਤ ਵਧੀਆ ਲੱਗਾ ਆਮ ਸ਼ੋਰ ਸਾਡੇ ਦਰਸ਼ਕਾਂ ਨੂੰ ਵੀ ਵਧੀਆ ਲਾਈਕ ਤੁਸੀਂ ਇੱਕ ਨਵਾਂ ਸੋਚਣ ਦਾ ਜ਼ਰੀਆ ਸ਼ੇਅਰ ਕੀਤਾ ਹੈ ਬਟ ਯੂ نو ਇੱਕ ਜੋ ਮੈਂ ਕਹਾਂਗੀ ਅਖੀਰ ਦੇ ਵਿੱਚ ਮੈਂ ਜ਼ਰੂਰ ਪੁੱਛਣਾ ਚਾਹਾਂਗੀ ਕਿ ਪ੍ਰੋਫੈਸ਼ਨਲ ਤੇ ਪਰਸਨਲ ਦਾ ਜਦੋਂ ਮੇਲ ਹੁੰਦਾ ਹੈ ਇੱਥੇ ਤੁਸੀਂ ਕੰਮ ਕਰਦੇ ਹੋ ਦੋਨੋਂ ਯੂ ਸੀ ਯਰ ਹਸਬੈਂਡਸ ਹੈ ਨਾ ਪਰ ਵੀ ਨਹੀਂ ਵੀ ਸਾਰਾ ਟਾਈਮ ਵੇਖਦੇ ਬਟ ਤੁਸੀਂ ਇੱਕ এনवायरमेंट ਵਿੱਚੋਂ ਉਸੇ ਚੀਜ਼ ਨੇ ਤੁਹਾਡੀ ਮੈਰਿਜ ਤੇ ਕਿਸ ਤਰ੍ਹਾਂ ਦਾ ਇੰਪੈਕਟ ਪਾਇਆ ਹੈ ਕਵਲ ਜੀ ਤੁਸੀਂ ਪਹਿਲੇ ਦੱਸੋ ਐਕਚੁਅਲੀ ਮੈਨੂੰ ਵਧੀਆ ਲੱਗਿਆ ਅੱਛਾ ਜੀ ਐਕਚੁਅਲੀ ਹੁਣ ਮੈਨੂੰ ਲਾਈਕ ਆਈ ਫੀਲ ਲਾਈਕ ਵੀ ਹੈ ਮੋਰ ਅਟਰੈਕਸ਼ਨ ਅੱਛਾ ਜੀ ਹਾਂ ਜੀ ਸੋ ਐਕਚੁਅਲੀ ਜਦੋਂ ਮੈਂ ਦੂਸਰੀ ਕੰਪਨੀ ਚ ਕੰਮ ਕਰਦੀ ਸੀ ਮੈਨੂੰ ਕੋਈ ਨਹੀਂ ਪਤਾ ਸੀਗਾ ਕਿ ਵਿਕਰਮ ਦਾ ਕੀ ਸ케ਜੂਲ ਆ ਕੀ ਕਰਦੇ ਆ ਐਂਡ ਇਵਨ ਕਿ ਟਾਈਮ ਵੀ ਨਹੀਂ ਮਿਲਦਾ ਇਹਨਾਂ ਆਪਾਂ ਨੂੰ ਪੁੱਛਣ ਦਾ ਸੋ ਨਾਉ ਆਈ ਫੀਲ ਬੈਟਰ ਜੀ ਆ ਸੇਮ ਲਾਈਕ ਜਿੱਦਾਂ ਕਮਲ ਨੇ ਕਿਹਾ ਆਈ ਥਿੰਕ ਮੈਂ ਵੀ ਇੰਜੋਏ ਕਰਦੀ ਆ ਬਿਲਕੁਲ ਇਕੱਠੇ ਕੰਮ ਕਰਨਾ ਇੱਕ ਐਕਚੁਅਲੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜੀ ਟ੍ਰੈਕਿੰਗ ਆ ਨਾ ਇਹ ਬੜੀ ਸਟ੍ਰੈਸਫੁਲ ਆ ਆਈ ਮੀਨ ਹਾਰ ਦੇਖਣਾ ਵਧੀਆ ਲੱਗਦਾ ਕਿ 200 ਟਰੱਕਾਂ 300 ਟਰੱਕਾਂ ਪਰ ਐਂਡ ਆਫ ਦਾ ਡੇ ਇਟਸ ਵੈਰੀ ਸਟ्रेसਫੁਲ ਹੈ ਨਾ ਤੇ ਮੈਨੂੰ ਐ ਲੱਗਦਾ ਕਿ ਜਿੱਦਾਂ ਜਦੋਂ ਅਸੀਂ ਨਹੀਂ ਜੁਆਇਨ ਕੀਤਾ ਸੀਗਾ ਹਨਾ ਤੇ ਆਪਾਂ ਨੂੰ ਐ ਲੱਗਦਾ ਹੁੰਦਾ ਸੀਗਾ ਕਿ ਸ਼ਾਇਦ ਕੰਮ ਨਹੀਂ ਇੰਨਾ ਹੈਗਾ ਕਿ ਵਾਰ ਜ਼ਿਆਦਾ ਰਹਿੰਦੇ ਆ ਹਨਾ ਕਿ ਘਰ ਵੀ ਕਿਵਾਰੀ ਸਟ्रेसਫੁਲ ਵੀ ਐਨੀ ਸਟ्रेस ਹੈ ਨਹੀਂ ਆ ਕਿ ਸਾਰਾ ਕੁਝ ਤਾਂ ਸਹੀ ਆ ਇੰਨੇ ਟਰੱਕਾਂ ਦਾ ਦਿਨ ਕਾਏ ਕਾਤੇ ਸਟ्रेस ਦਾ ਹੁਣ ਜਦੋਂ ਅਸੀਂ ਵਿੱਚ ਆਏ ਆ ਤੇ ਪਤਾ ਲੱਗਦਾ ਕਿ ਵਾਕਈ ਬਹੁਤ ਸਟ्रेस ਆ। ਕਈ ਵਾਰੀ ਪਾਜੀਆ ਜਾਂ ਸਿਮਰਣਾ ਸਵੇਰੇ ਆ ਜਾਂਦੇ ਆ ਸਾਰਾ ਦਿਨ ਬਾਹਰ ਹੁੰਦੇ ਆ ਮੀਟਿੰਗ ਚ ਹੁੰਦੇ ਆ ਕਦੀ ਕਿਸੇ ਨੂੰ ਮਿਲ ਲਾਂਦਾ ਕਿਸੇ ਵੱਲੋਂ ਰੋਟੀ ਖਾਣ ਦਾ ਵੀ ਟਾਈਮ ਨਹੀਂ ਲੱਗਦਾ ਹਨਾ ਸ਼ਾਮ ਨੂੰ ਘਰ ਸਾਨੂੰ ਪਤਾ ਹੁੰਦਾ ਕਿ ਅੱਜ ਲੇਟ ਆਉਣਾ ਆ ਜਾਂ ਅੱਜ ਕੀ ਇਸ਼ੂ ਚੱਲਣ ਡਿਆ ਹਨਾ ਕਿਸੇ ਵੱਲੇ ਓਵਰ ਦਾ ਰੋਡ ਕੋਈ ਐਕਸੀਡੈਂਟ ਹੋਇਆ ਹੁੰਦਾ ਕੁਝ ਵੀ ਹੁੰਦਾ ਦਰ ਇਸ ਆਲਵੇਜ਼ ਸਮਥਿੰਗ ਗੋਇੰਗ ਔਨ ਜਦੋਂ ਤੁਸੀਂ ਡਿਫਰੈਂਟ ਲਾਈਕ ਤੁਹਾਨੂੰ ਪਤਾ ਹੀ ਨਹੀਂ ਆ ਹਨਾ ਕਿ ਹਾਰਟ ਟਾਈਮ ਤੱਕ ਕੋਈ ਦੱਸ ਵੀ ਨਹੀਂ ਸਕਦਾ ਕਿ ਮੈਂ ਅੱਜ ਐਸ ਕਰਕੇ ਲੇਟ ਆਇਆ ਜੱਜ ਮੈਨੂੰ ਆਹ ਪ੍ਰੋਬਲਮ ਚੱਲਣ ਦੀ ਆ ਫਿਰ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇੱਕੋ ਹੀ ਫੀਲਡ 'ਚ ਕੰਮ ਕਰਨ ੜਿਆ ਇਹ ਇਸ਼ੂ ਥੋੜਾ ਘਟ ਗਿਆ ਕਿ ਪਤਾ ਹੁੰਦਾ ਪਹਿਲਾਂ ਕਿ ਕੀ ਚੱਲਣ ੜਿਆ ਜਾਂ ਕੁਝ ਵੀ ਆ ਤੁਸੀਂ ਸਪੋਰਟ ਕਰ ਸਕਦੇ ਹੋ ਪ੍ਰੋਬਲਮ ਹਾਂਜੀ ਹਾਂਜੀ ਦਾ ਕਬਲ ਨੇ ਹੋਣਾ ਇਹ ਕਿ ਕਬਲ ਪਹਿਲਾਂ ਅਲੱਗ ਜੌਬ ਕਰਦੀ ਸੀਗੀ ਕਿ ਕਈ ਵਾਰੀ ਭੱਜ ਕੇ ਕਵਲ 10 ਦਿਨ ਦੀ ਕਿ ਲੇਟ ਆਉਂਦੇ ਹੁੰਦੇ ਸੀ ਵੀ ਪਤਾ ਹੀ ਨਹੀਂ ਲੱਗਦਾ ਹੁੰਦਾ ਸੀ ਓਨਲੀ ਵੀਕਐਂਡ ਤੇ ਮੇਲ ਹੁੰਦਾ ਸੀਗਾ ਸੋ ਹੁਣ ਇੱਥੇ ਥੋੜਾ ਲਾਈਕ ਸਾਨੂੰ ਪਤਾ ਹੁੰਦਾ ਕਿ ਕੀ ਚੱਲ ਰਿਹਾ ਹੈ ਅਮੇਜ਼ਿੰਗ ਦੈਟਸ ਅਮੇਜ਼ਿੰਗ ਅਮ ਵਾਂਸ ਅਗੇਨ ਥੈਂਕ ਯੂ ਸੋ ਮਚ ਥਾਟੀ ਦੋਨਾਂ ਨੂੰ ਗੁਰਪ੍ਰੀਤ ਜੀ ਕਵਲਦੀਪ ਜੀ ਤੁਸੀਂ ਸਾਡੇ ਨਾਲ ਥੋੜਾ ਜਿਹਾ ਆਪਣਾ ਟਾਈਮ ਸ਼ੇਅਰ ਕੀਤਾ ਆਪਣਾ ਪਰਸਪੈਕਟਿਵ ਸ਼ੇਅਰ ਕੀਤਾ ਮੈਨੂੰ ਲਾਈਕ ਆਈ ਸੈਡ ਬਹੁਤ ਵਧੀਆ ਲੱਗਿਆ ਆਈ نو ਸਾਡੇ ਦਰਸ਼ਕਾਂ ਨੂੰ ਵੀ ਬਹੁਤ ਵਧੀਆ ਲੱਗਿਆ ਹੋਣਾ ਅਮ ਸੋ ਵਿਥੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਇਥੇ ਨਾ ਜਾਓ ਬਿਕੋਜ਼ ਬ੍ਰੇਕ ਤੋਂ ਬਾਅਦ ਜੋ ਬਾਕੀ ਲੀਡਰਸ ਹੈਗੇ ਲੀਡਰਸ਼ਿਪ ਦੇ ਵਿੱਚ ਰੋਲ ਆਮ ਇਹਨਾਂ ਦੇ ਹਸਬੈਂਡਸ ਐਂਡ ਆਈ ਲਵ ਸੇਇੰਗ ਦਾ ਜਿਥੇਪਾ ਕਹਿੰਦੇ ਆ ਕਿ ਇਹ ਸੋ ਐਂਡ ਸੋ ਫੁਲਾਨੇ ਦੀ ਵਾਈਫ ਹੈ ਮੈਂ ਇੱਥੇ ਕਹਿ ਰਹੀ ਆ ਕਿ ਇਨ ਦੋ ਆਮ professionl women ਦੇ ਹਸਬੈਂਡਸ ਸਾਨੂੰ ਆਮ ਅਗਲੇ ਸੈਗਮੈਂਟ ਵਿੱਚ ਜੁਆਇਨ ਕਰਨਗੇ ਸਟੇ ਟੂਨ ਮਿਲਦੇ ਆ ਬ੍ਰੇਕ ਤੋਂ ਬਾਅਦ ब्रेक द बस आई दा स्वागत ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਜਿਸ ਸੰਤਨ ਨੂੰ ਦੱਸਿਆ ਪਹੁੰਚਿਆ ਸਟਾਕਟਨ ਕੈਲੀਫੋਰਨੀਆ ਦੇ ਵਿੱਚ ਗਿਲਸਨ ਟ੍ਰਕਿੰਗ ਦੇ ਨਾਲ ਗੱਲ ਹੋ ਰਹੀ ਹੈ ਐਂ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਹ ਨੈਕਸਟ ਸੈਗਮੈਂਟ ਦੇ ਵਿੱਚ ਆ ਮੈਂ ਗਿਲਸਨ ਟ੍ਰਕਿੰਗ ਦੇ ਕਰਤੇ ਧਰਤੇਆਂ ਦੇ ਨਾਲ ਗੱਲ ਕਰ ਰਹੀ ਆ ਪਹਿਲੇ ਜੋ ਇਸ ਕੰਪਨੀ ਦੀ ਰਾਣੀਆਂ ਹੈਗੀਆਂ ਉਹਨਾਂ ਦੇ ਨਾਲ ਗੱਲ ਕਰ ਹਟਿਆਂ ਨਾ ਲੈਟਸ ਟਾਕ ਟੂ द मेन men ਬਿਹਾਈਂਡ ਦ ਸ਼ੋ ਸੋ ਸਭ ਤੋਂ ਪਹਿਲੇ ਮੈਂ ਤੁਹਾਨੂੰ ਦੋਨਾਂ ਨੂੰ ਸਵਾਗਤ ਕਰਦੀ ਆ ਸਤਿ ਸ਼੍ਰੀ ਅਕਾਲ ਹਰ ਸਿਮਰਨ ਸਿੰਘ ਸੰਗਰਾਮ ਜੀ ਤੇ ਅਮ ਬਿਕਰਮਜੀਤ ਸਿੰਘ ਜੀ ਤੁਹਾਡਾ ਦੋਨਾਂ ਨੂੰ ਸਵਾਗਤ ਪ੍ਰੋਗਰਾਮ ਦੇ ਵਿੱਚ ਅਪਰੀਸ਼ੀਏ ਯੂ ਟੇਕਿੰਗ ਦਾ ਟਾਈਮ ਅਮ ਸਭ ਤੋਂ ਪਹਿਲੇ ਗਿਲਸਨ ਟਰੱਕਿੰਗ ਇਸ ਅ ਫੀਲਡ ਦੇ ਵਿੱਚ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਵਿੱਚ ਇੱਕ ਬਹੁਤ ਹੀ ਅਮ ਵੈਲ ਨੋਨ ਨੇਮ ਹੈ ਯੂ نو ਤੁਹਾਡੀ ਫਰਮ ਨੇ ਬਹੁਤ ਮੱਲਾ ਮਾਰਿਆ ਯੂਵ ਅਚੀਵਡ ਗ੍ਰੇਟ ਹਾਈਟਸ ਉਹ ਵੀ ਬਹੁਤ ਛੋਟੇ ਸਮੇਂ ਦੇ ਵਿੱਚ ਲਗਭਗ 10 ਸਾਲ ਹੋਇਆ ਇਸ ਫਰਮ ਨੂੰ ਅਮ ਹਰ ਸਿਮਰਨ ਸਿੰਘ ਜੀ ਤੁਸੀਂ ਸਾਨੂੰ تھوڑا ਦੱਸੋ ਕਿ ਇਹ ਇਸ ਕੰਪਨੀ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਅਮ ਹਾਂਜੀ ਸੋ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਸਾਰੇ ਜੱਸ ਪੰਜਾਬੀ মিডিਆ ਦਾ ਜਿਨ੍ਹਾਂ ਨੇ ਸਾਨੂੰ ਤੁਸੀਂ ਅੱਜ ਇੱਥੇ ਆ ਕੇ ਸਾਡੇ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਇਨੀ ਆਡੀਅנס ਦੇ ਸਾਹਮਣੇ ਸੋ ਧੰਨਵਾਦ ਬਹੁਤ-ਬਹੁਤ ਅਮ ਗਿਲਸਨ ਦੀ ਜਿਹੜੀ ਆ ਹੋਂਦ ਆ ਉਹ 2011 ਦੇ ਵਿੱਚ ਮੇਰੇ ਛੋਟੇ ਵੀਰ ਵਿਕਰਮ ਨੇ ਕੀਤੀ ਅਮ ਇਹਨਾਂ ਨੇ ਪਹਿਲਾਂ ਆਪ ਟਰੱਕ ਚਲਾਇਆ ਟਰੱਕ ਚਲਾਉਣ ਤੋਂ ਬਾਅਦ ਫਿਰ ਕੋਰ ਇਨਕੋਰਪੋਰੇਟ ਕੀਤਾ ਕਾਰਪੋਰੇਟ ਕਰਨ ਤੋਂ ਬਾਅਦ ਜਿਹੜਾ ਫਿਰ ਉਹ ਜਦੋਂ 2015 ਦੇ ਵਿੱਚ ਉਹ ਟਰੱਕ ਦੋ ਤਿੰਨ ਲੈ ਕੇ ਤੇ ਘਰੇ ਡਿਸਪੈਚ ਸ਼ੁਰੂ ਕੀਤੀ ਤੇ ਮੈਨੂੰ ਆਲਰੇਡੀ ਐਕਸਪੀਰੀਅੰਸ ਹੈਗਾ ਟ੍ਰਾਂਸਪੋਰਟੇਸ਼ਨ ਦਾ ਤੋਂ ਸਾਡਾ ਮੇਲ ਜਿਹੜਾ 2017 ਦੇ ਵਿੱਚ ਹੋਇਆ ਸੋ 2017 ਤੋਂ ਬਾਅਦ ਜਿਹੜਾ ਵਾ ਉਹ ਟ੍ਰਕਿੰਗ ਗਿਲਸਨ ਅਸੀਂ ਕੋਲਾਬੋਰੇਸ਼ਨ ਕੀਤੀ ਦੋ ਤਿੰਨ ਕੰਪਨੀਆਂ ਦੀ ਤੇ ਉਸ ਤੋਂ ਬਾਅਦ ਬਸ ਜਿਹੜਾ ਸਕਸੈਸ ਆ ਉਹ ਆਈ ਥਿੰਕ ਅ ਤੁਸੀਂ ਸਾਨੂੰ ਕ੍ਰੈਡਿਟ ਦੇ ਰਹੇ ਹੋ ਬਹੁਤ ਸਾਰਾ ਬਟ ਉਹਦੇ ਪਿੱਛੇ ਇੱਕ ਟੀਮ ਕੰਮ ਕਰਦੀ ਹੈ ਟੀਮ ਦੇ ਸਦਕਾ ਸੀ ਇੱਥੇ ਪਹੁੰਚਦੇ ਆ ਜਿਵੇਂ ਤੁਸੀਂ ਸਾਡੇ ਵਾਈਜ਼ ਨਾਲ ਗੱਲ ਕੀਤੀ ਇਸ ਤੋਂ ਪਿੱਛੇ ਹੋਰ ਇੱਕ ਟੀਮ ਆ ਜਿਹੜੀ ਡਿਸਪੈਚ ਟੀਮ ਦੇ ਕੰਮ ਕਰਦੀ ਆ ਐਂਡ ਦੈਨ ਉਤੋਂ ਬਾਅਦ ਮੇਨਟੇਨੈਂਸ ਟੀਮ ਆ ਦੈਨ ਉਤੋਂ ਬਾਅਦ ਸਾਡੀ ਇੰਡੀਆ ਦੇ ਵਿੱਚ ਟੀਮ ਆ ਓਹਾਈਓ ਚ ਟੀਮ ਬੈਠੀ ਹੈ ਇੱਕ ਸੋ ਇਹ ਇੱਕ ਕੋਲੈਬੋਰੇਟਿਵ ਐਫਰਟ ਆ ਤੁਸੀਂ ਇਸ ਚੀਜ਼ ਦਾ ਸਾਨੂੰ ਕ੍ਰੈਡਿਟ ਜ਼ਰੂਰ ਦਿੰਨੇ ਹੋ ਬਿਕਾਜ਼ ਆਬਵੀਅਸਲੀ ਕਿਸੇ ਨਾ ਕਿਸੇ ਦਾ ਇਹ ਕਰਨਾ ਹੁੰਦਾ ਬਟ ਇਹ ਅਸੀਂ ਸਾਰਾ ਇਹ ਟੀਮ ਨੂੰ ਕ੍ਰੈਡਿਟ ਦਿੰਨੇ ਆ ਕਿ ਜਿਹੜੀ ਟੀਮ ਇਨੀ ਸਟਰੋਂਗ ਆ ਸਾਡੀ ਜਿਹੜਾ ਕਰਕੇ ਅਸੀਂ ਉੱਡੇ ਫਿਰਦੇ ਆ ਜੀ ਜੀ ਆਮ ਆਮ ਸੋ ਗਲੈਡ ਟੂ ਹੀਅਰ ਯੂ ਸੇ ਦੈਟ ਹਰਸਿਮਨ ਸਿੰਘ ਜੀ ਇਹ ਬਹੁਤ ਆਮ ਰੇਅਰ ਹੁੰਦਾ ਹੈ ਕਿ ਲੋਕੀ ਦੂਜਿਆਂ ਨੂੰ ਕ੍ਰੈਡਿਟ ਦਿੰਦੇ ਆ ਬਟ ਯੂ ਨੋ ਦੈਟਸ ਰੀਲੀ ਇੰਪੋਰਟੈਂਟ ਜੋ ਤੁਸੀਂ ਗੱਲ ਕਿਤੀ ਬਿਕਰਮਜੀਤ ਜੀ ਤੁਸੀਂ ਵੀ ਟੀਮ ਬਾਰੇ ਗੱਲ ਕਰ ਰਹੇ ਸੀ ਤੁਸੀਂ ਮੈਨੂੰ ਇੱਕ ਛੋਟਾ ਜਿਹਾ ਇਨਸਟੈਂਸ ਐਗਜ਼ਾਮਪਲ ਦਿੱਤਾ ਸੀ ਕਿ ਕਿਸ ਤਰ੍ਹਾਂ ਤੁਸੀਂ ਇੱਕ ਸਾਲ ਦੇ ਵਿੱਚ ਗਰੋਥ ਕੀਤੀ ਰਾਈਟ ਉਹਦੇ ਬਾਰੇ ਦੱਸੋ ਤੇ ਉਹਦਾ ਜੋ ਕੀ ਰਾਜ਼ ਸੀਗਾ ਕਿ ਤੁਸੀਂ ਉਸ ਤਰ੍ਹਾਂ ਗਰੋ ਕਰ ਪਾਏ ਜਦੋਂ ਮਾਰਚ ਦੇ ਵਿੱਚ ਕੋਵਿਡ ਆਇਆ ਜੀ ਉਦੋਂ ਸਾਰੇ ਟ੍ਰਕਿੰਗ ਕੰਪਨੀਆਂ ਦੇ ਹਾਲਾਤ ਜਿਹੜੇ ਬਹੁਤ ਮਾੜੇ ਹੋ ਗਏ ਸਾਰੇ ਜਣੇ ਪੈਰ ਪਿੱਛੇ ਵੋਟ ਰਹੇ ਸੀ ਅਸੀਂ ਦੋਵਾਂ ਨੇ ਫੈਸਲਾ ਕੀਤਾ ਲੋਕ ਉਹ ਟ੍ਰੱਕ ਵੇਚ ਰਹੇ ਸੀ ਕੰਪਨੀਆਂ ਛੱਡ ਰਹੇ ਸੀ ਅਸੀਂ ਉਹਨੂੰ ਬਾਏ ਕਰ ਰਹੇ ਸੀ ਲੋਕ ਸਾਨੂੰ ਕਹਿੰਦੇ ਸੀ ਸ਼ਦਾਈ ਹੋਗੇ ਪਾਗਲ ਹੋਗੇ ਪਰ ਜਦੋਂ ਤੁਸੀਂ ਕੋਈ ਵੀ ਕੰਪਨੀ ਨੂੰ ਅੱਗੇ ਲੈ ਕੇ ਜਾਣਾ ਤੁਸੀਂ ਉਸ ਇਅਰ ਦਾ ਨਹੀਂ ਸੋਚਣਾ ਹੁੰਦਾ ਤੁਸੀਂ ਆਉਣ ਵਾਲੇ ਸਾਲਾਂ ਦਾ ਪਲਾਨ ਕਰਨਾ ਹੁੰਦਾ ਆ ਵੀ ਆਉਣ ਵਾਲੇ ਸਾਲਾਂ ਨੂੰ ਅਸੀਂ ਕਿਵੇਂ ਦੇਖਦੇ ਆ 2019 ਦੇ ਵਿੱਚ ਜਦੋਂ ਸਾਰੀ ਟ੍ਰਕਿੰਗ ਸਲੋ ਹੀ ਬਾਅਦ ਚ ਕੋਵਿਡ ਆ ਗਿਆ ਸਾਰੇ ਲੋਕ ਟਰਕਿੰਗ ਕੰਪਨੀਆਂ ਛੜਛੜ ਭੱਜ ਰਹੀਆਂ ਸੀ ਅਸੀਂ 2020 ਨਹੀਂ ਸੀ ਦੇਖ ਰਹੀ 2021 ਦੇਖ ਰਹੀ ਉਹੋ ਵੀ ਉਦੋਂ ਆਪਾਂ ਕੰਪਨੀ ਨੂੰ ਕਿੱਥੇ ਲੈ ਕੇ ਜਾਣਾ ਇਹ ਸਾਰੀ ਟੀਮ ਦੀ ਮਿਹਨਤ ਸਰਕਾਰ ਤੇ ਗੁਰਮਾਰਾਏ ਦੀ ਕਿਰਪਾ ਸਦਕਾ ਅਸੀਂ ਆਪਣਾ ਜਿਹੜਾ ਸਾਈਜ਼ ਯਾ ਟ੍ਰਿਪਲ ਕੀਤਾ 2019 ਦੇ ਵਿੱਚ ਸਾਡੇ ਕੋਲ 65-70 ਟਰੱਕ ਸੀ ਰਾਈਟ ਨਾਓ ਵੀ ਹੈਵ ਆਲਮੋਸਟ 250 ਟਰੱਕਸ ਐਂਡ ਆਵਰ ਪਲਾਨ ਇਜ਼ ਐਂਡ ਆਫ 2023 ਵੀ ਹੈਵ ਮੋਰ ਦੈਨ 500 ਟਰੱਕਸ ਇਹ ਸਾਰਾ ਕੁਝ ਪਲੈਨਿੰਗ ਦੇ ਤਹਿਤ ਹੁੰਦਾ ਹੈ ਜਿੰਨਾ ਵੀ ਕੁਝ ਹੁੰਦਾ ਜਿਵੇਂ ਜਿੰਨਾ ਵੀ ਇੰਟਰਨਲ ਕੰਮ ਅੰਦਰ ਦਾ ਆਪਰੇਸ਼ਨ ਦਾ ਉਹ ਮੈਂ ਵੇਖਣਾ ਜਿੰਨਾ ਬਾਹਰ ਦਾ ਜਿੰਨੇ ਇਸ਼ੂਜ਼ ਆ ਉਹ ਭਾਜੀ ਨੇ ਵੇਖਣੇ ਉਸ ਚੀਜ਼ਾਂ ਮੇਰੇ ਚ ਮਾੜੀਆਂ ਹੋ ਸਕਦੀਆਂ ਇਹਨਾਂ 'ਚ ਚੰਗੀਆਂ ਹੋ ਸਕਦੀਆਂ ਕੁਝ ਇਹਨਾਂ 'ਚ ਮਾੜੀਆਂ ਪਰ ਸਾਡੀ ਵਧੀਆ ਚੀਜ਼ ਹੈ ਜਿਹੜੀ ਕੰਮ ਕਰਨ ਨੂੰ ਨਾ ਜੀ ਕਰੋ ਕਹਿੰਦੇ ਪਾਜੀ ਤੁਸੀਂ ਆਹ ਕੰਮ ਕਰ ਲਓ ਮੇਰੇ ਕੋਲ ਨਹੀਂ ਹੱਢ ਲਾਉਣਾ ਪਾਜੀ ਆ ਕਰ ਲਓ ਇੱਕ ਤੁਹਾਡੇ ਵਿੱਚ ਪੇਸ਼ੀਐਂਟਸ ਇੱਕ ਤੁਹਾਡਾ ਜਿਹੜਾ ਵਿਸ਼ਵਾਸ ਹੈ ਟੀਮ ਦੇ ਵਿੱਚ ਇਹ ਹੋਣਾ ਬਹੁਤ ਜ਼ਰੂਰੀ ਤਾਂ ਹੀ ਤੁਸੀਂ ਉੱਪਰ ਪਹੁੰਚਦੇ ਜੇ ਮੈਂ ਸਾਰਿਆਂ ਨੂੰ ਜਿਵੇਂ ਟਰਕਿੰਗ ਕੰਪਨੀਆਂ ਨਵੀਆਂ ਸ਼ੁਰੂ ਹੋਈਆਂ ਨੇ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਗਾ ਵੀ ਥੋੜਾ ਜਿਹਾ ਪੇਸ਼ੀਐਂਟਸ ਰੱਖ ਕੇ ਛੋਟੀਆਂ ਚੀਜ਼ਾਂ ਛੱਡ ਕੇ ਵੱਡੀਆਂ ਚੀਜ਼ਾਂ ਵੱਲ ਵੇਖਣਾ ਇਹ ਨਹੀਂ ਤਾਂ ਤੁਸੀਂ ਸக்ஸੈਸ ਹੋ ਸਕਦੇ ਨੇ ਜਿੱਦਾਂ ਮਤਲਬ ਕਈ ਲੋਕਾਂ ਦਾ ਮਾਈਂਡਸੈਟ ਹੁੰਦਾ ਹੈ ਕਿ ਮਤਲਬ ਫਟਾਫਟ ਸਾਨੂੰ ਸக்ஸੈਸ ਮਿਲ ਜਾਓ ਹੁਣ ਅਪਾ ਯੂ نو ਰਿਚ ਬਣ ਕੇ ਮਤਲਬ ਐਸ਼ ਕਰੀ ਰਾਈਟ ਬਟ ਤੁਸੀਂ ਤੁਹਾਨੂੰ ਦੋਨਾਂ ਨੂੰ ਕਿੰਨੇ ਸਾਲ ਹੋ ਗਏ ਕਿ ਤੁਸੀਂ ਇਸ ਕੰਮ ਵਿੱਚ ਲੱਗੇ ਹੋਏ ਹੋ ਆਈ ਥਿੰਕ ਤੁਸੀਂ ਕਹਿ ਰਹੇ ਸੀ 2002 ਤੋਂ ਤੁਸੀਂ ਜੁੜੇ ਹੋਏ ਹੋ ਟਰਾਂਸਪੋਰਟੇਸ਼ਨ ਦੇ ਵਿੱਚ ਹਾਂ ਜੀ ਮੇਰੇ ਫਾਦਰ ਸਾਹਿਬ ਜਦੋਂ ਮੈਂ ਇੱਥੇ ਆਇਆ ਆਈ ਵਾਸ 19 ਤੇ ਉਹ ਉਹਨਾਂ ਕੋਲ ਆਲਰੇਡੀ ਇੱਕ ਟਰੱਕ ਸੀਗਾ ਜੀ ਸੋ ਸਮ ਹਾਉ ਸਾਡੀ ਜਿਹੜੀ ਟਰਾਂਜੀਸ਼ਨ ਆ ਆਪਣੇ ਪੰਜਾਬੀ ਲੋਕਾਂ ਦੀ ਉਹ ਟਰਕਿੰਗ ਵਾਸਤੇ ਬਹੁਤ ਈਜ਼ੀ ਆ ਕਿਸ ਮੇਰੇ ਫਾਦਰ ਸੀਗੇ ਕਿਸ ਦਾ ਚਾਚਾ ਕਿਸ ਹਤਾਇਆ ਕਿਸ ਦਾ ਫਰੈਂਡ ਆ ਜੀ ਸੋ ਸਾਨੂੰ ਟਰਕਿੰਗ ਦੇ ਵਿੱਚ ਜੌਬ ਲੈਣੀ ਮਚ ਈਜ਼ੀਅਰਰ ਦੈਨ ਟੂ ਗੋ ਇਨਟੂ ਏ ਨਾਈਟੀ অর ਲਾਈਕ some of um, other fields out there. So, uh ਇਨੂੰ ਮੈਨੂੰ 99 ਚ ਆਇਆ ਸੋ ਤਕਰੀਬਨ ਉਦੋਂ ਦਾ ਹੀ ਮੇਰਾ ਜਿਹੜਾ ਵਾ ਉਹ ਵਾ ਟਰਕਿੰਗ ਦੇ ਨਾਲ ਰਿਹਾ ਤੇ ਟਰਕਿੰਗ ਸਿੱਖਦੇ ਰਿਹਾ ਟਰਕਿੰਗ ਦੀ ਪੜਾਈ ਵੀ ਕੀਤੀ ਮਤਲਬ ਤਕਰੀਬਨ ਜੋ ਤੁਸੀਂ ਟਰਕਿੰਗ ਦੇ ਵਿੱਚ ਸਾਰਾ ਕੁਝ ਕੀਤਾ ਐਂਡ ਤਾਂ ਹੀ ਜੇ ਤੁਸੀਂ ਸਾਰਾ ਕੁਝ ਕੀਤਾ ਤੁਸੀਂ ਡਰਾਈਵਰ ਦੀ ਪ੍ਰੋਬਲਮ ਹੀ ਤਾਂ ਸਮਝ ਸਕਦੇ ਹਾਂ ਤੁਸੀਂ ਡਿਸਪੈਚ ਦੀ ਪ੍ਰੋਬਲਮ ਸਮਝ ਸਕਦੇ ਤੁਸੀਂ ਕਸਟਮਰ ਦੀ ਪ੍ਰੋਬਲਮ ਸਮਝ ਸਕਦੇ ਹੋ ਕਿ ਬੇਸਿਕਲੀ ਲਾਈਕ ਯੂ نو ਚੱਲ ਕੀ ਰਿਹਾ ਵਾ ਬਟ ਸਟਰੋਂਗ ਜੇ ਤੁਸੀਂ ਸਿਰਫ ਉਹਦਾ ਇੱਕ ਕਮਰੇ 'ਚ ਬੈਠੇ ਕੱਲੀ ਡਿਸਪੈਚ ਕਰਦੇ ਹੋ ਤਾਨੂੰ ਪ੍ਰੋਬਲਮਾਂ ਦਾ ਪਤਾ ਨਹੀਂ ਆ ਕਿ ਬਾਅਦ ਡਰਾਈਵਰ ਦੀ ਕਿਹੋ ਜੀ ਪ੍ਰੋਬਲਮ ਆ ਸੋ ਜੇ ਤੁਹਾਨੂੰ ਇਸ ਬਿਜ਼ਨਸ ਦੀ ਚੰਗੀ ਤਰ੍ਹਾਂ ਪਕੜਿਆ ਤੇ ਤੁਹਾਡੇ ਕੋਲ ਇੱਕ ਵਿਜ਼ਨ ਹੈਗੀ ਆ ਕਿ ਅਸੀਂ ਕਿਹੜੇ ਪਾਸੇ ਨੂੰ ਜਾਣਾ ਜਿਵੇਂ ਬਿਕਰਮ ਵੀਰ ਹੋਣਾ ਨੇ ਕਿਹਾ ਕਿ ਇਹ ਇੱਕ ਜਿਹੜੀ ਸਾਡਾ ਹੁਣ ਜਿਹੜੀਆਂ ਹੋਣ ਗੱਲਾਂ ਬਾਤਾਂ ਸਾਡੀਆਂ ਇਸ ਸਾਲ ਦੀਆਂ ਚੱਲ ਰਹੀਆਂ ਵਾਂ ਉਹ ਆਇਆ ਸਾਲ ਦੀਆਂ ਨਹੀਂ ਆ ਉਹ 2022 ਦੀਆਂ 2023 ਦੀਆਂ ਗੱਲ ਰਹੀਆਂ ਕਿ ਕੀ ਨੈਕਸਟ ਕੀ ਪਲਾਨ ਕਰਨਾ ਅ ਸੋ ਤੁਹਾਨੂੰ ਫਿਊਚਰ ਵੇਖ ਕੇ ਚੱਲਣਾ ਪੈਂਦਾ ਜੀ ਬਹੁਤ ਸਾਰੇ ਲੋਕ ਕੋਵਿਡ ਤੋਂ ਡਰ ਕੇ ਜਿਵੇਂ ਦੱਸਿਆ ਕਿ ਟਰੱਕ ਨਹੀਂ ਲੈ ਰਹੇ ਸੀ ਅਸੀਂ ਉਹਨਾਂ ਦਿਨਾਂ ਦੇ ਵਿੱਚ ਸਾਰੇ এমਪਲੋਏ ਡਬਲ ਟੀ ਕਰਦੇ ਅੱਛਾ ਜੀ ਮਤਲਬ ਇਹ ਬੜਾ ਇੱਕ ਵੱਡਾ ਸੀਗਾ ਲਾਈਕ ਯੂ نو ਸਾਡੇ ਆਸਰ ਰਿਸਕ ਬਟ ਸਾਨੂੰ ਉਦੋਂ ਇਹ ਲੱਗਿਆ ਕਿ ਥਿਸ ਇਜ਼ ਸਮਥਿੰਗ ਵੈਰੀ ਇੰਪੋਰਟੈਂਟ ਫਾਰ ਅਸ ਟੂ ਡੂ ਤੇ ਉਧਰੋਂ ਆਪਣਾ ਜਿਹੜਾ ਇਹ ਕੈਲੀਫੋਰਨੀਆ ਦਾ ਲਾਅ ਆ ਸਬ ਆਨ অপারেਟਰਸ ਵਾਲਾ ਜੀ ਇਹ ਵੀ ਹਾਲਾਂਕਿ ਹੋਲਡ ਦੇ ਉੱਤੇ ਪੈ ਗਿਆ ਸੀਗਾ ਬਟ ਸਾਨੂੰ ਇਹ ਸੀਗਾ ਕਿ ਅਸੀਂ ਜਿਹੜਾ ਇੱਕ ਡਿਸੀਜਨ ਜਿਸ ਨੂੰ ਜਨੇ ਸਾਨੂੰ ਕੰਪਲਾਈਐਂਟ ਰੱਖਣਾ ਵਾ ਉਹ ਲੈਣਾ ਪੈਣਾ ਸੋ ਦੈਟ ਹੈਜ਼ ਕਾਸਟ ਅਸ ਲਾਰਜ ਆਫ ਮਨੀ ਬਟ ਲਾਈਕ ਅਗੇਨ ਆਈ ਸੈਡ ਕਿ ਸਾਡੀ ਵਿਜਨ ਸਿਰਫ 2020 ਤੱਕ ਨਹੀਂ ਸੀਗੀ ਵੀ ਵਰ ਲੁਕਿੰਗ ਫਾਰ ਹੈਡ ਕਿ ਸਾਨੂੰ ਜਿਹੜੇ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀਆਂ ਪ੍ਰੋਬਲਮਾਂ ਜਿਹੜੀਆਂ ਅਸੀਂ ਹੁਣੇ ਮਿਟੀਗੇਟ ਕਰਨੀਆਂ ਜੀ ਆ ਕੀ ਮੋਟੀਵੇਸ਼ਨ ਸੀਗੀ ਦੋਨਾਂ ਦੀ ਮਿਸਿਸ ਨੂੰ ਬਿਜ਼ਨਸ ਵਿੱਚ ਇਨਵੋਲਵ ਕਰਨ ਦੀ ਬਿਕਰਮ ਜੀ ਜੀ ਮੈਂ ਤੁਹਾਡੇ ਨਾਲ ਸ਼ੁਰੂ ਕਰਨਾ ਚਾਹਾਂਗੀ ਹਾਂਜੀ ਮੇਨ ਰੀਜ਼ਨ ਇਹ ਹੀ ਹੁੰਦਾ ਵੀ ਜਿਹੜੀਆਂ ਲੇਡੀਜ਼ ਹੁੰਦੀਆਂ ਮਨੀ ਮੈਨੇਜਰ ਜਿਹੜੀਆਂ ਵੈਲ ਕਰ ਸਕਦੀਆਂ ਤੇ ਥੋੜੇ ਜਿਵੇਂ ਅਸੀਂ ਹੁਣੇ ਆ ਥੋੜੇ ਦਲੇਰ ਹੁਣੇ ਆ ਥੋੜਾ ਖਰਚਾ ਹੈ ਜਿਹੜਾ ਉਹ ਜ਼ਿਆਦਾ ਕਰ ਲੀਦਾ ਹੈ ਜੇ ਅਸੀਂ ਇੱਥੋਂ ਤੱਕ ਪਹੁੰਚੇ ਆ ਤਾਂ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਰੋਲ ਉਹਨਾਂ ਦਾ ਹੀ ਆ ਜਿਨ੍ਹਾਂ ਨੇ ਵਧੀਆ ਤਰੀਕੇ ਨਾਲ ਮਨੀ ਮੈਨੇਜ ਕਰਕੇ ਸੇਵਿੰਗ ਕਰਕੇ ਫਿਊਚਰਸ ਪਲਾਨ ਤੱਕ ਅਸੀਂ ਗੋਲਸ ਤੱਕ ਆਪਣੇ ਪਹੁੰਚ ਸਕੇ ਆ ਮੈਂ ਜ਼ਰੂਰ ਉਹਨਾਂ ਨੂੰ ਵੀ ਕ੍ਰੈਡਿਟ ਦੇਣਾ ਚਾਹੁੰਨਾ ਇਸ ਚੀਜ਼ ਦਾ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਚੀਜ਼ ਵਿੱਚ ਜੀ 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 ਸਿਮਰਨ ਜੀ ਸੋ ਅਪਾ ਔਮਨ ਏਮਪਾਵਰਮੈਂਟ ਦੀ ਗੱਲ ਕਰਦੇ ਆ ਸੋ ਅਸੀਂ ਇਸ ਸੀਰ ਦੇ ਵਿੱਚ ਫਰਮਲੀ ਬਲੀਵ ਕਰਦੇ ਆ ਹਾਲਾਂਕਿ ਥੋੜਾ ਜਿਹਾ ਮੇਲ ਡੋਮਿਨੇਟਿੰਗ ਕਿਤਾ ਵਾ ਆਪਣਾ ਇਹ ਜਿਹੜਾ ਵਾ ਬਟ ਸਾਡੇ ਤੁਸੀਂ ਜਾ ਕੇ ਵੇਖੋਗੇ ਕਾਫੀ ਡਾਇਵਰਸ ਆਫਿਸ ਦੇ ਵਿੱਚ ਅਸੀਂ ਜਿਹੜੀਆਂ ਕਾਫੀ ਆਪਣੀਆਂ ਕੁੜੀਆਂ ਚਾਹੇ ਸਾਡੀਆਂ ਵਾਈਵਸ ਆ ਤੇ ਉਹਦਾ ਇੱਕ ਹੋਰ ਜਿਹੜਾ ਵੱਡਾ ਫਾਇਦਾ ਸਾਨੂੰ ਇਹ ਹੋਇਆ ਕਿ ਜਿਹੜਾ ਮਾਹੌਲ ਆ ਉਹ ਬਹੁਤ ਪਰਿਵਾਰਕ ਰਹਿੰਦਾ ਤੁਸੀਂ ਸਾਡੇ ਹਣ ਵੀ ਆਇਓ ਕਦੀ ਬਾਅਦ ਚ ਵੀ ਆਓਗੇ ਚਾਹ ਜਿਹੜੇ ਲੋਕ ਪਹਿਲਾਂ ਵੀ ਆਉਂਦੇ ਚਾਹ ਜਿਹੜੇ ਸਾਡੇ ਰਿਵਿਊਜ਼ ਵੀ ਕੀ ਤੁਸੀਂ ਕਿਦੇ ਪੜੋਗੇ ਅਸੀਂ ਬਹੁਤ ਪਰਿਵਾਰ ਇੱਕ ਮਾਲ ਦੇ ਵਿੱਚ ਕੰਮ ਕਰਦੇ ਆਂ ਆਈ ਥਿੰਕ ਤੁਹਾਡੀ ਜਿਹੜੀ ਪ੍ਰੋਡਕਟਿਵਿਟੀ ਆ ਉਹ ਮੱਚ ਮੱਚ ਬੈਟਰ ਆ ਦੇ ਤੁਸੀਂ ਇੱਕ ਪਰਿਵਾਰਕ ਮਾਲ ਦੇ ਵਿੱਚ ਕੰਮ ਕਰਦੇ ਹੋ ਤੇ ਤੁਹਾਨੂੰ ਜਿਹੜੀ ਇੱਕ ਰਿਸਪੈਕਟ ਆ ਬੇਸਿਕਲੀ ਚ ਜਿਹੜੇ ਸਾਡੇ ਡਰਾਈਵਰ ਆ ਬਾਰ ਕੰਮ ਕਰਦੇ ਆ ਉਹਨਾਂ ਨੂੰ ਵੀ ਪਤਾ ਕਿ ਇਹ ਪਰਿਵਾਰਕ ਮਾਲ ਆ ਇੱਥੇ ਜਾ ਕੇ ਕਿਵੇਂ ਗੱਲ ਕਰਨੀ ਆ ਨਾ ਹੀ ਅਸੀਂ ਉਹਨਾਂ ਨੂੰ ਗਲਤ ਬੋਲਦੇ ਆ ਤੇ ਨਾ ਹੀ ਉਹ ਸਾਨੂੰ ਕੋਈ ਉਹਨਾਂ ਨੂੰ ਗਲਤ ਬੋਲਣ ਦਿੰਦੇ ਆ ਸੋ ਉਹ ਰਿਸਪੈਕਟ ਜਿਹੜੀ ਆ ਨਾ ਉਹ ਇਹਨਾਂ ਦਾ ਕਰਕੇ ਜਿਹੜੀ ਆ ਕਾਫੀ ਆ ਜਿੱਥੇ ਫਾਈਨੈਂਸ਼ੀਅਲ ਹੋਇਆ ਪਲੱਸ ਇੱਕ ਕਲਚਰ ਕ੍ਰੀਏਟ ਹੋ ਗਿਆ ਫੈਮਿਲੀ ਵਾਲਾ ਜਿਹੜਾ ਸਾਨੂੰ ਅਸੀਂ ਚਾਹੁੰਦੇ ਸੀਗੇ ਕ੍ਰੀਏਟ ਹੋਵੇ ਕਿੰਨੀ ਵੱਡੀ ਗੱਲ ਹੈ ਆਈ ਮੀਨ ਵਾਂਸ ਅਗੇਨ ਤੁਸੀਂ ਇਹ ਚੀਜ਼ਾਂ ਸ਼ੇਅਰ ਕਰ ਰਹੇ ਹੋ ਜੋ ਸ਼ਾਇਦ ਮੈਨੂੰ ਨਹੀਂ ਲੱਗਦਾ ਜਿੱਥੇ ਟਰਕਿੰਗ ਇੰਡਸਟਰੀ ਦੀ ਗੱਲ ਹੁੰਦੀ ਹੈ ਇਹ ਯੂ نو ਲੈਸ ਟਾਕਡ ਅਬਾਊਟ ਰਿਐਲਿਟੀਜ਼ ਹੈਗੇਨ ਰਾਈਟ ਸੋ ਆਮ ਗਲੈਡ ਤੁਸੀਂ ਇਨਸਾਈਡ ਚੀਜ਼ਾਂ ਦੀ ਗੱਲ ਕਰ ਰਹੇ ਹੋ ਬ ਨਾ ਟਾਕ ਅਬਾਊਟ ਦ ਇੰਡਸਟਰੀ ਰਾਈਟ ਬਿਕੋਜ਼ ਜਿੱਥੇ ਟਰਾਂਸਪੋਰਟੇਸ਼ਨ ਦੀ ਗੱਲ ਆਂਦੀ ਹੈ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਚੇਂਜਸ ਆ ਰਹੇ ਖਾਸ ਕਰਕੇ ਇਸ ਨਵੀਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਦੀ ਗੱਲ ਕਰਾਂਗੇ ਬ੍ਰੇਕ ਤੋਂ ਸਪਾਰ ਬ੍ਰੇਕ ਤੋਂ ਬਾਅਦ ਮੁਰ ਹਾਜ਼ਰ ਹੋਇਆ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਸਟਾਕਟਨ ਕੈਲੀਫੋਰਨੀਆ ਗਿਲਸਨ ਟਰਕਿੰਗ ਦੇ ਵਰਕ ਵਰਕ ਲੀਡਰਸ ਦੇ ਨਾਲ ਗੱਲ ਹੋ ਰਹੀ ਹੈ ਐਂਡ ਨਾ ਕਿ ਸਿਰਫ ਇਸ ਕੰਪਨੀ ਦਾ ਕੀ ਵੱਖਰਾ ਮਾਹੌਲ ਕਿਸ ਤਰ੍ਹਾਂ ਤੇ ਕਿਉਂ ਬਣਾਇਆ ਜਾ ਰਿਹਾ ਹੈ ਉਹਦੀ ਵੀ ਗੱਲ ਹੋ ਰਹੀ ਹੈ ਬਟ ਜਸਟ ਐਸ ਇੰਪੋਰਟੈਂਟ ਇਜ਼ ði ਇੰਡਸਟਰੀ ਇਟਸੈਲਫ ਟਰੱਕਿੰਗ ਇੰਡਸਟਰੀ ਟਰਾਂਸਪੋਰਟੇਸ਼ਨ ਖਾਸ ਕਰਕੇ ਸਾਡੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਵੱਡੇ ਲੈਵਲ ਤੇ ਵੇਖਣ ਨੂੰ ਮਿਲਦੀ ਹੈ ਆਮ ਸੋ ਉਹਦੇ ਵਿੱਚ ਕੀ ਕੁਝ ਚੇਂਜਸ ਆਉਣ ਵਾਲੇ ਆ ਆਮ ਇੱਕ ਵਾਰੀ ਫਿਰ ਮੈਂ ਸਵਾਗਤ ਕਰਦੀ ਹਾਂ ਸਿਮਰਨ ਸਿੰਘ ਸੰਗਰਾਮ ਜੀ ਨੂੰ ਬਿਕਰਮਜੀਤ ਸਿੰਘ ਜੀ ਨੂੰ ਤੁਸੀਂ ਦੋਨਾਂ ਦੀ ਲੀਡਰਸ਼ਿਪ ਨੇ ਇਸ ਕੰਪਨੀ ਨੂੰ ਆਮ ਬਹੁਤ ਵੱਡੇ ਲੈਵਲ ਤੇ ਤੁਸੀਂ ਲੈ ਕੇ ਗਏ ਹੋ ਛੋਟੇ ਸਮੇਂ ਦੇ ਵਿੱਚ ਯੂ نو ਬਿਫੋਰ ਵੀ ਗੈਟ ਜੋ ਇਹ ਸੀਕ੍ਰੇਟਸ ਹਨ ਕੁਝ ਐਡਵਾਈਸ ਜੋ ਤੁਸੀਂ ਦੇ ਸਕਦੇ ਹੋ ਵਿਊਅਰਸ ਨੂੰ ਜੋ ਇਸ ਪਾਸੇ ਇਨਵੋਲਡ ਹਨ ਉਸ ਤੋ ਪਹਿਲੇ ਆਈ ਵਾਂਟ ਟੂ ਪਿਕ ਯਰ ਬ੍ਰੇਨ ਜੋ ਤੁਹਾਡੀ ਇਨਸਾਈਟ ਹੈਗੀ ਇਸ ਇੰਡਸਟਰੀ ਨੂੰ ਲੈ ਕੇ लेट्स ਟਾਕ ਅਬਾਊਟ ਥੈਟ ਰਾਈਟ ਪ੍ਰੈਜ਼ੀਡੈਂਟ ਬਾਈਡਨ ਹੈਜ਼ ਅ ਬਿਗ ਇਨਫਰਾਸਟ੍ਰਕਚਰ ਬਿਲ ਔਨ ਦ ਔਨ ਦ ਲਾਈਨ ਰਾਈਟ ਟ੍ਰਾਂਸਪੋਰਟੇਸ਼ਨ ਨੂੰ ਲੈ ਕੇ એનર્ਜੀ ਦੇ ਵਿੱਚ ਕੀ ਕੁਝ ਚੇਂਜਸ ਆ ਰਹੇ ਹਨ ਕੋਵਿਡ ਨੇ ਕਿੰਨੀ ਵੱਡੀ ਡਿਸਰਪਸ਼ਨ ਕ੍ਰੀਏਟ ਕੀਤੀ ਉਹ ਤੁਸੀਂ ਸਾਨੂੰ ਦੱਸਿਆ ਯੂ ਯੂਜ਼ ਥੈਟ ਟੂ ਯਰ ਐਡਵਾਂਟੇਜ ਰਾਈਟ ਬਟ ਸਾਰਿਆਂ ਦੇ ਕੋਲ ਪੂਰੀ ਇੰਡਸਟਰੀ ਦੇ ਕੋਲ ਸ਼ਾਇਦ ਇਹ ਲਗਜ਼ਰੀ ਨਹੀਂ ਰਹੀ ਹੈ ਅ ਸਿਮਰਨ ਜੀ ਯੂ نو ਸਭ ਤੋਂ ਪਹਿਲੇ ਤਾਂ ਯੂ ਗਾਇਸ ਤੁਸੀਂ ਦੋਨਾਂ ਨੇ ਕਿਹਾ ਕਿ ਤੁਹਾਡਾ ਵਿਜ਼ਨ ਲੰਬੇ ਸਮੇਂ ਲਈ ਹੁੰਦਾ ਹੈ ਲੰਬੇ ਸਮੇਂ ਦੀ ਜਦੋਂ ਗੱਲ ਆਉਂਦੀ ਹੈ ਟਰਾਂਸਪੋਰਟੇਸ਼ਨ ਦੇ ਵਿੱਚ ਖਾਸ ਕਰਕੇ ਟਰੱਕਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਚੇਂजेस ਤੁਸੀਂ ਐਂਟਿਸਿਪੇਟ ਕਰਦੇ ਹੋ ਆਉਣ ਵਾਲੇ ਸਾਲਾਂ ਦੇ ਵਿੱਚ ਵੇਖਣ ਨੂੰ ਮਿਲਣਗੇ ਸਾਨੂੰ ਸੋ ਜਿਵੇਂ ਕਿ ਤੁਸੀਂ ਇਨਫਰਾਸਟ੍ਰਕਚਰ ਬਿੱਲ ਦੀ ਗੱਲ ਕੀਤੀ ਹੈ 8 ਟ੍ਰਿਲੀਅਨ ਡਾਲਰਸ ਦੇ ਮਤਲਬ दैट ਪਤਾ ਨਹੀਂ ਸਾਡੇ ਕੋਲ ਜਿੰਨੇ ਸਾਰੇ ਟਰੱਕਾਂ ਨੂੰ ਸਾਰਿਆਂ ਨੂੰ ਪੈਸੇ ਨਾ ਭਰਤੀਏ ਫਿਰ ਵੀ ਹੈ ਫਿਰ ਵੀ ਸ਼ਾਇਦ ਨਾ ਹੋਵੇ ਸੋ ਕਹਿਣ ਦਾ ਮਤਲਬ ਕਿ ਬਹੁਤ ਸਾਰਾ ਪੈਸਾ ਜਿਹੜਾ ਵਾ ਉਹ ਮਾਰਕੀਟ ਦੇ ਵਿੱਚ ਆ ਰਿਹਾ ਹਮ ਐਂਡ ਉਹਦੇ ਨਾਲ ਕੀ ਹੈ ਕਿ ਉਹ ਮਾਰਕੀਟ ਦੇ ਵਿੱਚ ਮੋਸਟਲੀ ਪ੍ਰੋਡਕਸ਼ਨ ਮੈਨੂਫੈਕਚਰਿੰਗ ਬਹੁਤ ਵਧਣੀ ਹੈ। ਓਕੇ ਯੂਐਸ ਦੇ ਵਿੱਚ ਇਹਨਾਂ ਨੇ ਬਹੁਤ ਜਿਹੜੇ ਆ ਉਹਦੇ ਅਲਟਰਨੇਟ ਟਰਕਿੰਗ ਦੇ ਲੱਭ ਕੇ ਵੇਖੇ ਬਟ ਕਾਮਯਾਬ ਨਹੀਂ ਹੋਏ। ਫਾਰ ਇਗਜ਼ਾਮਪਲ ਰੇਲ ਆਈ ਹੋਰ ਬਹੁਤ ਕੋਸ਼ਿਸ਼ਾਂ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਟ੍ਰਾਂਸਪੋਰਟੇਸ਼ਨ ਇਜ਼ ਗੋਣਾ ਬੀ ਅਰਾਊਂਡ ਫਾਰ ਸਮ ਟਾਈਮ। ਓਕੇ ਐਂਡ ਆਲਮੋਸਟ ਇਫ ਆਮ ਨਾਟ ਰੋਂਗ ਬਟ 2 ਟ੍ਰਿਲੀਅਨ ਡਾਲਰਸ ਦੇ ਲੱਗ ਗਿਆ ਜਿਹੜਾ ਟਰਾਂਸਪੋਰਟੇਸ਼ਨ ਦੇ ਖਰਚ ਹੋਣਾ ਹੂੰ ਸੋ ਉਹਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਆਪਣੇ ਹਿੱਸੇ ਵੀ ਗੋਣਾ ਹੈਵ ਅ ਪੀਸ ਆਫ ਪਾਈ ਓਕੇ ਐਂਡ ਦੈਟਸ ਗੋਣਾ ਬੀ ਹਿਊਜ ਸੋ ਉਹਦੇ ਵਾਸਤੇ ਤੁਸੀਂ ਗਵਰਨਮੈਂਟ ਦੇ ਕੰਟਰੈਕਟ ਲੈਣੇ ਆ ਤੁਸੀਂ ਬ੍ਰੋਕਰ ਦਾ ਕੰਮ ਕਰਨਾ ਆਪਣੇ ਆਪ ਨੂੰ ਕੰਪਲਾਈਂਟ ਜਿਹੜਾ ਜ਼ਰੂਰੀ ਆ ਆਈ ਥਿੰਕ ਇਹ ਟਰਕਿੰਗ ਆਸਤੇ ਬੜੀ ਗੁੱਡ ਨਿਊਜ਼ ਆ ਬਹੁਤ ਸਾਰਾ ਪੈਸਾ ਆਉਣਾ ਉਹਦੇ ਵਿੱਚ ਸਾਡਾ ਵੀ ਹਿੱਸਾ ਆਉਣਾ ਸੋ ਮੈਂ ਚਾਹੁੰਦਾ ਕਿ ਘਵਰੌਣ ਦੀ ਕੋਈ ਲੋਡ ਨਹੀਂ ਆ ਪੈਨਿਕ ਹੋਣ ਦੀ ਕੋਈ ਲੋਡ ਨਹੀਂ ਆ ਆਪਣੇ ਆਪ ਨੂੰ ਪਹਿਲਾਂ ਤੇ ਲੀਗਲ ਕਰੋ ਕੰਪਲੈਂਟ ਕਰੋ ਜਿੰਨਾ ਵੱਤੋ ਵੱਧ ਕਰ ਸਕਦੇ ਆ ਇਹ ਥੋੜੀ ਜੀ ਰਫ ਇੰਡਸਟਰੀ ਆ ਬਹੁਤ ਚੈਲੰਜਸ ਆ ਬਹੁਤ ਵੇਰੀਏਬਲਸ ਨੇ ਇਸ ਇੰਡਸਟਰੀ ਦੇ ਵਿੱਚ ਕੋਸ਼ਿਸ਼ ਕਰੋ ਕਿ ਜਿੰਨੇ ਵੀ ਵੱਤੋ ਵੱਧ ਕੰਟਰੋਲ ਕਰ ਸਕਦੇ ਤੁਸੀਂ ਹਾਂ देयर ਆ ਸਮ ਗੋਣਾ ਬੀ ਜਿਹੜੇ ਤੁਹਾਡੇ ਕੰਟਰੋਲ ਚ ਨਹੀਂ ਆ ਬਟ ਇਫ ਯੂ ਹੈ ਮੈਜੋਰਿਟੀ ਆਫ ਦਮ ਕੰਟਰੋਲਡ ਜੀ ਦੈਨ ਯੂਲ ਡੂ ਫਾਈਨ ਫਾਰ ਐਗਜ਼ਾਮਪਲ ਤੁਹਾਡੀ ਲੇਬਰ ਫੋਰਸ ਕਿਵੇਂ ਦੀ ਆ ਤੁਹਾਡਾ ਇਕੁਪਮੈਂਟ ਕਿਵੇਂ ਦੀ ਆ ਤੁਹਾਡਾ ਕਸਟਮਰ ਬੇਸ ਕਿਵੇਂ ਦਾ ਤੁਹਾਡਾ ਵੈਦਰ ਨੂੰ ਤੁਸੀਂ ਕਿਦਾਂ ਧਿਆਨ ਚ ਰੱਖਦੇ ਤੁਹਾਡਾ ਸੇਫਟੀ ਪ੍ਰੋਗਰਾਮ ਕਿਵੇਂ ਦਾ ਥਿੰਗਸ ਆ ਲਾਈਕ ਯੂ نو देयर ਆ ਸੋ ਮਨੀ ਥਿੰਗਸ ਥੈਟ ਕੈਨ ਗੋ ਰੌਂਗ ਸੋ ਟਾਈ ਟੂ ਕੰਟਰੋਲ ਮੋਸਟ ਆਫ ਦਾ ਵੇਰੀਏਬਲਸ 댓 ਯੂ ਜੀ 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 Are, are there things um, you know once again i know ki shayad ye bahut lambe samay tak nahi hoga but things like self driving cars for example oh de naal kis tarah de khatre pose ho sakde hai industry nu ya advantages mil sakde hai ਟੈਕਨੋਲੋਜੀ ਤੋਂ ਘਬਰਾਉਣਾ ਨਹੀਂ ਚਾਹੀਦਾ ਤੁਸੀਂ ਤਾਂ ਹੀ ਕਾਮਯਾਬ ਹੋ ਸਾਇਰ ਦੇ ਟੈਕਨੋਲੋਜੀ ਦੇ ਹਾਣੀ ਬਣੋਗੇ ਤੁਸੀਂ ਅਪਣਾਉਂਗੇ ਸਾਡੇ ਲੋਕ ਡਰ ਜਾਂਦੇ ਜਦੋਂ ਈਐਲਡੀ ਆਉਣੀ ਸੀ ਉਹਨੂੰ ਸਾਡੇ ਲੋਕਾਂ ਨੇ ਬੜਾ ਵੱਡਾ ਹੂਆ ਬਣਾ ਲਿਆ ਪਰ ਤੁਸੀਂ ਵੇਖੋ ਮੇਜਰ ਚੇਂਜ ਆਈ ਜਦੋਂ ਈਐਲਡੀ ਆਈ ਉਹਦੇ ਰੇਟਸ ਕਿੰਨੇ ਉੱਪਰ ਗਏ ਜੀ ਕੋਈ ਵੀ ਟੈਕਨੋਲੋਜੀ ਆਉਂਦੀ ਆ ਜਿਵੇਂ ਵੱਡੇ ਵੀਰ ਜੀ ਉਹਨਾਂ ਨੇ ਕਿਹਾ ਵੀ ਕੋਈ ਵੀ ਚੀਜ਼ ਆ ਜਾਂ ਕੋਈ ਵੀ ਉਪਕੀ ਜਦੋਂ ਆਪਾਂ ਅਪਣਾਉਨੇ ਆ ਟੈਕਨੋਲੋਜੀ ਅਪਣਾਵਾਂਗੇ ਤਾਂ ਹੀ ਅੱਗੇ ਜਾ ਸਕਦੇ ਆ ਆਪਾਂ ਰਾਈਟ ਜੀ ਜੀ ਹੁਣ ਜਿਵੇਂ ਸੈਲਫ ਡਰਾਈਵਿੰਗ ਟਰੱਕ ਵੀ ਆ ਰਹੇ ਉਹਨਾਂ ਦੇ ਐਕਸਪੈਰੀਮੈਂਟ ਹੋ ਰਹੇ ਸਾਰਾ ਕੁਝ ਹੋ ਰਿਹਾ ਪਰ ਇਹ ਕੋਈ ਆਉਣ ਵਾਲੇ 20 30 ਸਾਲਾਂ ਦੇ ਵਿੱਚ ਰਾਈਟ ਨਾਓ ਕੱਲ ਨੂੰ ਇਹ ਚੀਜ਼ ਹੋਣੀ ਨਹੀਂ ਜਾਣੀ ਪਰ ਰਾਈਟ ਨਾਓ ਸਾਨੂੰ ਕਰਨਾ ਚਾਹੀਦਾ ਜਿਵੇਂ ਇਲੈਕਟ੍ਰੋਨਿਕ ਟਰੱਕ ਆ ਰਹੇ ਆ ਉਹ ਲੈ ਕੇ ਆਪਣੀ ਫਲੀਟ ਦੇ ਵਿੱਚ ਵੇਖੀਏ ਕਿਦਾਂ ਦੇ ਰਿਜ਼ਲਟਸ ਆਉਂਦੇ ਆ ਕਿਦਾਂ ਦੇ ਨਹੀਂ ਆ ਰਾਈਟ ਜੀ ਉਹਦੇ ਇਨ ਐਂਡ ਆਊਟਸ ਕੋਈ ਵੀ ਚੀਜ਼ ਜਦੋਂ ਨਵੀਂ ਚੀਜ਼ ਜਿਵੇਂ ਮੰਨ ਲਓ 2008 ਦੇ ਵਿੱਚ ਡੈੱਬ ਸਿਸਟਮ ਆਇਆ ਹਾਂਜੀ ਉਦੋਂ ਆਲਮੋਸਟ ਕਈ ਕੰਪਨੀਆਂ ਬੈਂਕਰਪਟ ਹੋ ਗਈਆਂ ਬਹੁਤ ਵੱਡੇ ਇਸ਼ੂਜ਼ ਆਏ ਉਹਨਾਂ ਟਰੱਕਾਂ ਨੂੰ ਵਿੱਚ ਉਹ ਚੱਲੇ ਹੀ ਨਹੀਂ ਡੈੱਬ ਸਿਸਟਮ ਕਰਕੇ ਰਾਈਟ ਸੋ ਇਸ ਕਰਕੇ ਜਦੋਂ ਵੀ ਚੀਜ਼ ਆਉਣੀ ਹੈ ਉਹਦਾ ਪਹਿਲਾਂ ਐਕਸਪੈਰੀਮੈਂਟ ਜ਼ਰੂਰ ਕਰ ਲੈਣਾ ਚਾਹੀਦਾ ਜਿਵੇਂ ਇਲੈਕਟ੍ਰਿਕ ਟਰੱਕ ਆਉਣੇ ਆ ਰਾਈਟ ਅਸੀਂ ਵੀ ਦੋ ਤਿੰਨ ਚਾਰ ਟਰੱਕ ਨੈਕਸਟ ਇਅਰ ਆਰਡਰ ਕਰਕੇ ਆਪਾਂ ਹਾਂਜੀ ਦੇਖਾਂ ਕਿ ਇਹਨੂੰ ਦੱਸ ਸਕਦੇ ਮੇਰੇ ਆ ਵੀ ਟੈਕਨੋਲੋਜੀ ਤੋਂ ਘਬਰਾਉਣਾ ਨਹੀਂ ਚਾਹੀਦਾ ਟੈਕਨੋਲੋਜੀ ਨੂੰ ਅਪਣਾਉਣਾ ਚਾਹੀਦਾ ਉਹਦੇ ਹਾਨੀ ਹੋਣਾ ਚਾਹੀਦਾ ਤਾਂ ਹੀ ਸਕਸੈਸ ਜਿਹੜੇ ਹੋ ਸਕਦੇ ਜੀ ਆਮ ਯੂ نو ਸੋ ਟੈਕਨੋਲੋਜੀ ਇਸ ਇਸ ਜਿਦਾਂ ਤੁਸੀਂ ਕਿਹਾ ਖਾਸ ਕਰਕੇ ਸੈਲਫ ਡਰਾਈਵਿੰਗ ਇਹ ਤਾਂ ਯੂ نو ਮੇਬੀ ਵੀ ਤੀ ਸਾਲਾਂ ਤੋਂ ਬਾਅਦ ਵਾਲੀ ਯੂ نو ਕੁਐਸਚਨ ਹੋਊਗਾ ਬਟ ਅੱਜ ਦੀ ਡੇਟ ਦੇ ਵਿੱਚ ਇੱਕ ਸਭ ਤੋਂ ਵੱਡਾ ਕੁਐਸਚਨ ਇਜ਼ ਓਇਲ ਰਾਈਟ ਤੇਲ ਆਮ ਇਜ਼ देयर ਸਮਥਿੰਗ ਜੋ ਤੁਹਾਨੂੰ ਲੱਗਦਾ ਹੈ ਕਿ ਇਸ ਇੰਡਸਟਰੀ ਨੂੰ ਅਫੈਕਟ ਕਰ ਸਕਦਾ ਪਾਵੇਂ ਉਹ ਤੇਲ ਦਾ ਪ੍ਰਾਈਸ ਹੋਏ ਪਾਵੇਂ ਉਹ ਗਵਰਨਮੈਂਟ ਦੀ ਕੋਈ ਪੁਸ਼ ਹੋਏ ਕਿ ਤੁਸੀਂ ਕਲੀਨਰ એનર્ਜੀ ਨੂੰ ਅਪਣਾਓ ਇਹਨੂੰ ਲੈ ਕੇ ਤੁਸੀਂ ਕੀ ਸ਼ੇਅਰ ਕਰ ਸਕਦੇ ਹੋ ਸੋ ਜਿਵੇਂ ਕਿ ਬੀਰ ਹਣਾ ਦੱਸਿਆ ਕਿ ਜਿਹੜੀ ਟੈਕਨੋਲੋਜੀ ਆ ਨਾ ਇਹ ਤੋਂ ਆਪਾਂ ਅੱਖਾਂ ਬੰਦ ਨਹੀਂ ਕਰਨੀਆਂ ਕਰਨੀ ਫੋਰ ਏਗਜ਼ਾਮਪਲ ਤੁਸੀਂ ਅੱਜਕਲ ਫੇਸ ਕਰ ਰਹੇ ਹੋ ਚੈਲੰਜ ਆਈ نو ਇਸ ਅ ਹਿਊਜ ਸਟ੍ਰੀਮਿੰਗ ਦਾ ਐਂਡ ਦੂਸਰਾ ਤੀਜਾ ਬਟ ਇਸ ਦਾ ਸਰਵਾਈਵਲ ਆਫ ਦਾ ਫਿਟੇਸਟ ਹੈ ਨਾ ਤੁਸੀਂ ਇੱਕ ਤੁਹਾਡੀ ਪ੍ਰੋਡਕਸ਼ਨ ਟੀਮ ਆ ਜਿਉਂ ਨਹੀਂਓ ਤੁਸੀਂ ਕੰਮ ਕਰਦੇ ਹੋ ਬਜਾਏ ਕਿ ਇਹਨਾਂ ਸੈਲ ਫੋਨ ਤੇ ਰਿਕਾਰਡ ਕਰਨ ਨਾਲੋਂ ਸੋ ਯੂ ਆਰ ਆਲਵੇਸ ਗੋਇੰ ਟੂ ਡੂ ਬਿਕਾਜ਼ ਆਫ ਦਾ ਇਨਫਰਾਸਟ੍ਰਕਚਰ ਐਂਡ ਦਾ ਮਨੀ ਥੈਟ ਯੂ ਹੈਵ ਇਨਵੈਸਟਡ ਐਂਡ ਯੂ ਆਰ ਔਰਲੀ ਲੁਕਿੰਗ ਫੋਰਵਰਡ ਇਦਾਂ ਹੀ ਜਿਹੜੇ ਇਲੈਕਟ੍ਰੀਕਲ ਟਰੱਕ ਆ ਚਾਹੀਏ ਜਿਹੜੀ ਜ਼ੀਰੋ ਮਿਸ਼ਨ ਇਟਸ ਆ ਹਿਊਜ ਪੋਰਸ਼ਨ 2045 ਤੱਕ ਕਹਿੰਦੇ ਕਿ ਅਸੀਂ ਕਰ ਦੇਣਾ ਐਂਡ ਯੂ ਹੈਵ ਟੂ ਇਹਦੇ ਬਾਰੇ ਸੋਚਣਾ ਸ਼ੁਰੂ ਕਰਨਾ ਸ਼ੁਰੂ ਕਰਨਾ ਪੈਣਾ ਤੁਹਾਨੂੰ ਯੂ ਕੈਨਟ ਅਵੋਇਡ ਥਿਸ ਬਟ ਤੁਸੀਂ ਆਲਰੇਡੀ ਸਾਡੀ ਕਨਵਰਸੇਸ਼ਨ ਵੋਲਵੋ ਦੇ ਨਾਲ ਸ਼ੁਰੂ ਹੋ ਗਈ ਆ ਸਾਡੀ ਕਨਵਰਸੇਸ਼ਨ ਫਲੇਟ ਲਾਈਨ ਨਾਲ ਸ਼ੁਰੂ ਹੋ ਗਈ ਆ ਵਾਟ ਆਰ ਲਾਈਕ ਯੂ نو ਇਨਫਰਾਸਟ੍ਰਕਚਰ ਕੋਸਟ ਕੀ ਆ ਇਹਦੀ ਐਪਲੀਕੇਸ਼ਨ ਕੀ ਆ ਬੈਨੀਫਿਟ ਕੀ ਆ ਕਿੰਨੇ ਮਾਈਲ ਤੋ ਜਾ ਕੇ ਵਾਪਸ ਮੋੜ ਸਕਦੇ ਅਸੀਂ ਹਾਊ ਕੈਨ ਵੀ ਡੂ ਇਟ ਕਿੰਨੇ ਚਿਰ ਦੇ ਵਿੱਚ ਸਾਨੂੰ ਰਿਕਵਰੀ ਹੋਊਗੀ ਸਾਡੇ ਪੈਸਿਆਂ ਦੀ ਵਾਟ ਇਜ਼ ਰਿਟਰਨ ਔਨ ਇਨਵੈਸਟਮੈਂਟ ਸੋ ਸਾਡੀ ਆਲਰੇਡੀ ਵੀ ਆਰ ਇਨ ਕਨਵਰਸੇਸ਼ਨ ਵਿਦ ਥਮ ਕਿ ਵੀ ਆਲਸੋ ਵਾਂਟ ਅ ਲੀਡ ਬਾਈ ਐਨ ਐਗਜ਼ੈਂਪਲ ਸੋ ਅਨੂ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਜੇ ਕੋਈ ਫਾਲੋ ਕਰਦਾ ਵਾ ਤੇ ਉਹ ਚੰਗੀਆਂ ਚੀਜ਼ਾਂ we have invested so much money into the software ਮੈਂ ਇੱਕ ਜ਼ਰੂਰ ਇੱਥੇ ਕਹਿਣਾ ਚਾਹੁੰਦਾ ਕਿ ਬਹੁਤ ਜ਼ਾਰੀਆਂ ਕੰਪਨੀਆਂ ਸਾਡੇ ਵੀਰਾਂ ਦੀਆਂ ਛੋਟੀਆਂ ਵੱਡੀਆਂ ਆ ਜਿਹੜੀ ਤੁਹਾਡੀ ਬਿਲਿੰਗ ਹੀ ਆ ਉਹ ਵੀ ਮਤਲਬ ਅਜੇ ਐਕਸਲ ਤੇ ਚੱਲਣ ਢਈ ਆ ਚਾਹੇ ਮਤਲਬ ਬਹੁਤ ਟੈਕਨੋਲੋਜੀ ਚੀਪਲੀ ਅਵੇਲੇਬਲ ਆ ਲਾਈਕ ਯੂ نو ਗੈਟ ਯੂਰ ਸਿਸਟਮ ਆਨ ਟੂ ਦਾ ਸੌਫਟਵੇਅਰਸ ਹੈਵ ਅ ਨਾਈਸ ਅਕਾਊਂਟਿੰਗ ਸੌਫਟਵੇਅਰ ਹੈਵ ਅ ਨਾਈਸ ਟੀਐਮਐਸ ਜਾਂ ਡਿਸਪੈਚ ਸੌਫਟਵੇਅਰ ਇਹਨਾਂ ਚੀਜ਼ਾਂ ਨੂੰ ਜ਼ਰੂਰ ਇਨਕਾਰਪੋਰੇਟ ਕਰੋ ਇਹ ਤੁਹਾਨੂੰ ਸ਼ਾਇਦ ਪਤਾ ਨਹੀਂ ਹੈ ਡਾਊਨ ਦਾ ਰੋਡ ਦੇ ਆਰ ਗੋਣਾ ਹੈਲਪ ਯੂ ਆਲ ਆਟ ਸੋ ਮੇਰੀ ਇਹ ਸਾਰਿਆਂ ਨੂੰ ਰეკਮੈਂਡੇਸ਼ਨ ਆ ਕਿ ਮੇਕ ਸ਼ੋਰ ਦੈਟ ਯੂ نو ਜਿਹੜਾ ਤੁਸੀਂ ਸਿਸਟਮ ਰਨ ਕਰਦੇ ਆ ਤੁਹਾਨੂੰ ਐਂਡ ਆਫ ਦਾ ਮੰਥ ਇਹ ਜ਼ਰੂਰ ਪਤਾ ਲੱਗ ਸਕੇ ਕਿ ਇਹ ਚੋਂ ਕੀ ਕੱਢਿਆ ਪਾਇਆ ਵੀ ਜੋ ਅਸੀਂ ਕਰ ਰਹੇ ਆ ਡਿਸੀਜਨ ਮੇਕਿੰਗ ਸਾਡੀ ਕੁਛ ਇਹਦੇ ਵਿੱਚੋਂ ਨਿਕਲ ਵੀ ਰਿਹਾ ਕਿ ਨਹੀਂ ਨਿਕਲ ਰਿਹਾ ਲਾਈਕ ਡੇਟਾ ਐਂਡ ਮਤਲਬ ਤੁਸੀਂ ਅਨਾਲਿਸਿਸ ਕਰਦੇ ਹੋ ਇਸ ਚੀਜ਼ ਤੁਹਾਡੇ ਡਿਸੀਜਨ ਜਿਹੜੇ ਆ ਡੇਟਾ ਡਰਾਈਵਨ ਹੋਣ ਬੇਸਡ ਔਨ ਦਾ ਡੇਟਾ ਦੈਟ ਯੂ نو ਕਿ ਠੀਕ ਆ ਦਿਸ ਲੇਨ ਮੇਕ makes sense for me mm -hmm. this lane doesn't make sense for mm -hmm. me mm -hmm. this this kind of trucks make sense for us this kind of jero mm -hmm. e, you to know, data driven hoga na sara mm -hmm. kuch taadi decision making badi easy ho jandi hai ਹਰ ਸਿਮਰਨ ਜੀ this is kind of a, you know double edged sword question yeah. but ਤੁਹਾਨੂੰ ਲੱਗਦਾ ਕਿ ਜਿਸ ਪਾਸੇ ਇੰਡਸਟਰੀ ਜਾ ਰਹੀ ਹੈ ਉਸ ਡਾਇਰੈਕਸ਼ਨ ਦੇ ਵਿੱਚ ਛੋਟੇ ਡਿਸਪੈਚਰਸ ਛੋਟੀ ਟਰਕਿੰਗ ਕੰਪਨੀਆਂ ਸਰਵਾਈਵ ਕਰ ਸਕਦੀ ਹੈ ਇਫ ਦੇ ਆਰ ਕੰਪੀਟਿੰਗ ਵਿਦ ਕੰਪਨੀਆਂ ਲਾਈਕ ਯੂ ਜੋ ਟੈਕਨੋਲੋਜੀ ਵਿੱਚ ਇਨਵੈਸਟਮੈਂਟ ਕਰਦੇ ਹੈ ਜਿਨ੍ਹਾਂ ਦੀ ਟੀਮ ਇਨੀ ਸੋਲਿਡ ਹੈ ਜਿਨ੍ਹਾਂ ਦੀ ਫਾਰਵਰਡ ਥਿੰਕਿੰਗ ਹੈ ਯੂ نو ਜੋ ਛੋਟੀ ਕੰਪਨੀਆਂ ਹੈਗੀਆਂ ਇਸ ਸਪੇਸ ਦੇ ਵਿੱਚ ਇਸ ਮਾਰਕੀਟ ਦੇ ਵਿੱਚ ਉਹ ਸਰਵਾਈਵ ਐਂਡ ਕੰਪੀਟ ਕਰ ਵੀ ਸਕਦੇ ਆਨ ਵਾਲੇ ਸਮੇਂ ਦੇ ਵਿੱਚ ਵੇਖੋ ਛੋਟੀਆਂ ਨਹੀਂ ਵੱਡੀਆਂ ਹੋਣਾ ਹਮ ਅਸੀਂ ਵੀ ਛੋਟੇ ਹੀ ਸੀਗੇ ਅਸੀਂ ਆਪ ਨੂੰ ਹੁਣ ਵੀ ਛੋਟੇ ਕਿੰਨੇ ਕੋਈ ਇਦਾਂ ਨਹੀਂ ਚਲੋ ਤੁਸੀਂ ਇਹ ਮਾਨ ਸਰਕਾਰ ਦਿੰਨੇ ਆ ਸਾਨੂੰ ਅ ਛੋਟੀਆਂ ਨਹੀਂ ਵੱਡੇ ਹੋਣਾ ਹਮ ਕਦੀ ਵੀ ਵੱਡਿਆਂ ਵੱਲ ਵੇਖ ਕੇ ਤੁਸੀਂ ਆਪਣੇ ਜਿਹੜੇ ਕੰਮ ਆ ਉਹ ਨਾ ਚੇਂਜ ਕਰੋ ਤੁਹਾਨੂੰ ਜਿਹੜਾ ਵੀਲਾ ਨਾ ਉਹ ਦੁਬਾਰਾ ਰੀਇਨਵੈਂਟ ਕਰਨ ਦੀ ਲੋੜ ਨਹੀਂ ਆ ਲਾਈਕ ਇਸ ਐਡ ਟੈਕਨੋਲੋਜੀ ਇਸ ਈਪਲੀ ਅਵੇਲੇਬਲ ਜੋ ਅੱਜ ਅਸੀਂ ਕਰ ਸਕਦੇ ਆ ਮੈਂ ਕਿਹਾ ਕਿ 10 ਟਰੱਕ ਵਾਲਾ ਕੰਪਨੀ ਸੇਮ ਨੂੰ ਸਾਰਾ ਕੁਝ ਐਕਸੈਸ ਹੈਗਾ ਐਂਡ ਕੋਈ ਇਹਦੇ ਵਿੱਚ ਕੋਈ ਬੋਧੀ ਕਿਉਂਕਿ ਸੇਮ ਦੇ ਆਰ ਡਰਾਈਵਿੰਗ ਦ ਸੇਮ ਟਰੱਕਸ ਦੇ ਹੈਵ ਦ ਸੇਮ ਟ੍ਰੇਲਰਸ ਦੇ ਹੈਵ ਦ ਸੇਮ ਕਾਸਟ ਆਲ ਆਮ ਸੇਇੰਗ ਇਜ਼ ਕਿ ਗੈਟ ਟੂ ਦਟ ਲੈਵਲ ਕਿ ਡੋਨਟ ਥਿੰਕ ਕਿ ਇਹ ਸਿਰਫ ਸਾਡੀ ਛੋਟਿਆ ਜਿਹਾ ਕੰਮ ਇਹਨੂੰ ਵੱਡਾ ਸੋਚ ਕੇ ਚੱਲੋ ਤਾਂ ਵੱਡਾ ਹੋਊਗਾ ਤੁਸੀਂ ਉਸ ਹੱਬ ਨਾਲ ਇਨਫਰਾਸਟ੍ਰਕਚਰ ਜਿਹੜਾ ਸੈਟਅਪ ਕਰੋ ਤਾਂ ਵੱਡਾ ਹੋਊਗਾ ਜਦੋਂ ਛੋਟੇ ਨੂੰ ਛੋਟਾ ਕਈ ਆਉਣਗੇ ਨਾ ਫਿਰ ਛੋਟਾ ਜੀ ਬਿਲਕੁਲ ਫਿਰ ਤੁਹਾਡੀ ਸੋਚ ਵੀ ਛੋਟੀ ਰਹਿੰਦੀ ਹੈ ਆਈ ਰੀਲੀ ਲਾਈਕ ਦੈਟ ਥੋ ਛੋਟੇ ਆ ਨਹੀਂ ਵੱਡਾ ਬਾਨਾ ਹੈ ਅਮ ਹੋਰ ਮੈਂ ਹਰਸਿਮਰਨ ਜੀ ਤੋਂ ਬਿਕਰਮ ਜੀ ਤੋਂ ਯੂ نو ਐਡਵਾਈਸ ਲੈਣਾ ਚਾਹੁੰਦੇ ਆ ਕਿ ਇਸ ਇੰਡਸਟਰੀ ਦੇ ਵਿੱਚ ਖਾਸ ਕਰਕੇ ਜੇ ਤੁਸੀਂ ਛੋਟੀ ਫਰਮ ਉਹ ਛੋਟੇ ਟਰਕਿੰਗ ਆਪਰੇਸ਼ਨ ਨੂੰ ਲੀਡ ਕਰ ਰਹੇ ਹੋ ਤੁਹਾਨੂੰ ਕੀ ਕੁਝ ਪਤਾ ਹੋਣਾ ਚਾਹੀਦਾ ਹੈ ਅਮ ਐਂਡ ਇਹ ਖੁੱਲਕੇ ਐਡਵਾਈਸ ਸ਼ੇਅਰ ਕਰ ਰਹੇ ਆ ਸੋ ਕਿਥੇ ਨਾ ਜਾਓ ਇਥੇ ਇੱਕ ਛੋਟਾ ਜਿ ब्रेक ਤੋਂ ਬਾਅਦ ਇੱਕ ਵਾਰੀ ਫਿਰ ਮੌੜ ਹਾਜ਼ਰ ਹੋਇਆ ਤੁਹਾਡਾ ਸਵਾਗਤ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਸ ਨਾਲ ਤੁਹਾਨੂੰ ਪਤਾ ਹੈ ਕੈਲੀਫੋਰਨੀਆ ਸਾਡੀ ਟੀਮ ਪਹੁੰਚੀ ਹੋਈ ਹੈ ਤੇ ਅੱਜ ਸਾਨੂੰ ਮੌਕਾ ਮਿਲਿਆ ਥੋੜਾ ਜਿਹਾ ਟਾਈਮ ਗੱਲ ਕਰਨ ਦਾ ਗਿਲਸਨ ਟਰੱਕਿੰਗ ਦੇ ਲੀਡਰਜ਼ ਨਾਲ ਅਮ ਇੱਕ ਵਾਰੀ ਫਿਰ ਹਰਸਿਮਰਨ ਜੀ ਬਿਕਰਮ ਜੀ ਜੀ ਸਵਾਗਤ ਕਰਦੇ ਆ ਤੁਹਾਨੂੰ ਤੁਸੀਂ ਨਾ ਕਿ ਸਿਰਫ ਇਸ ਕੰਪਨੀ ਦੇ ਡੇ ਟੂ ਡੇ ਤੇ ਲੌਂਗ ਟਰਮ ਵਿਜ਼ਨ ਬਾਰੇ ਸਾਨੂੰ ਦੱਸਿਆ which is so insightful ਕੁਝ ਤੁਸੀਂ ਡਿਫਰੈਂਟ ਜਿਹੀ ਚੀਜ਼ਾਂ ਸਾਡੇ ਨਾਲ ਸੇਅਰ ਕੀਤੀ ਜੋ ਮੈਨੂੰ ਨਹੀਂ ਲੱਗਦਾ ਨਾਰਮਲ ਤੌਰ ਤੇ ਖਾਸ ਕਰਕੇ ਬਿਜ਼ਨਸ ਓਨਰਸ ਖੁੱਲ ਕੇ ਦੱਸਦੇ ਐ ਬਟ ਮੋਰ ਇੰਪੋਰਟੰਟਲੀ ਯੂਵ ਟੋਲਡ ਅਸ ਬਾਊਟ ਦ ਇੰਡਸਟਰੀ ਕਿ ਇਸ ਇੰਡਸਟਰੀ ਦਾ ਲੰਬੇ ਸਮੇਂ ਦੇ ਵਿੱਚ ਕੀ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਇਸ ਪਾਸੇ ਜਾ ਰਹੀ ਐ ਬਟ ਯੂ نو ਇੰਡਸਟਰੀ ਦੇ ਵਿੱਚ ਸਾਡੀ ਜੋ ਕਮਿਊਨਿਟੀ ਐ ਖਾਸ ਕਰਕੇ ਪੰਜਾਬੀਆਂ ਦੀ ਆਪਾਂ ਇੱਕ ਮਾਈਨੋਰਟੀ ਦੀ ਵੀ ਮਾਈਨੋਰਟੀਆਂ ਰਾਈਟ ਯੇਟ Sada jo footprint ha, business de vich, especially in transportation is happening on a huge level right mm -hmm. so what ekta of organizations no sakde ho. Uh, one in particular i want to know about um, north american punjabi trucking association president to ho. Um, what kind of a bargaining power does it give for punjabi truckers ਬੜਾ ਵਧੀਆ ਕੁਐਸਚਨ ਪੁੱਛਿਆ ਤੁਸੀਂ ਮੈਂ ਤੁਹਾਡੀ ਉਹੀ ਨਿੱਕੀਆਂ ਕੰਪਨੀਆਂ ਤੇ ਵੱਡੀਆਂ ਕੰਪਨੀਆਂ ਦੇ ਨਾਲ ਕੰਪੇਅਰ ਕਰਕੇ ਤੁਹਾਨੂੰ ਦੱਸਦਾ ਜਦੋਂ ਸਾਡੇ ਕੋਲ ਇੱਕ ਟਰੱਕ ਆ ਕਿਸੇ ਨੇ ਸਾਡੇ ਨਾਲ ਗੱਲ ਨਹੀਂ ਕਰਨੀ ਵੀ ਠੀਕ ਹੈ ਇਹਨਾਂ ਨੂੰ ਲੋਡ ਹੀ ਆ ਤੇਲ ਪੂਆਣਾ ਹੀ ਪੈਣਾ ਕਿੱਥੋਂ ਨਾ ਕਿੱਥੋਂ ਅ ਇਹਨਾਂ ਨੂੰ ਲੋਡ ਹੀ ਇਹਨਾਂ ਨੂੰ ਟਾਇਰ ਪੂਆਣਾ ਹੀ ਪੈਣਾ ਕਿੱਥੋਂ ਨਾ ਕਿੱਥੋਂ ਸੋ ਤੁਹਾਡਾ ਨਾ 바ਰਗੇਨਿੰਗ ਬਿਕੋਜ਼ ਵੀ ਡੋਂਟ ਹੈਵ ਮੱਚ ਕਿੰਨੇ ਟਰੱਕ ਕਿੰਨੇ ਟ੍ਰੇਲਰ ਕਿੰਨੀ ਵੋਲਿਊਮ ਤੁਹਾਡਾ ਗੈਲਨਸ ਦਾ ਬਟ ਜਦੋਂ ਅਸੀਂ ਇਹ ਨੈਪਟਾ ਸ਼ੁਰੂ ਕੀਤੀ ਦਾ ਵਸਤਾ ਆਈਡੀਆ ਕਿ ਛੋਟੀਆਂ ਕੰਪਨੀਆਂ ਨੂੰ ਵੱਡੀਆਂ ਕਿਵੇਂ ਕਰਨੀਆਂ ਇਹਨਾਂ ਨੂੰ ਕਿਵੇਂ ਜਿਹੜੇ ਆ ਐਡਵਾਂਟੇਜਸ ਜਿਹੜੇ ਵੱਡੀਆਂ ਕੰਪਨੀਆਂ ਨੂੰ ਹੈਗੇ ਆ ਲੈ ਕੇ ਦੇਣੇ ਹਾਲਾਂਕਿ ਕਈ ਵੱਡੀਆਂ ਕੰਪਨੀਆਂ ਦੇ ਵਰ ਨਾਟ ਵੈਰੀ ਹੈਪੀ ਵਰ ਥੈਟ ਪਰ ਸਾਨੂੰ ਕੀ ਸੀਗਾ ਕਿ ਜੇ ਆਪਣੇ ਹੈਲਪ ਹੋ ਸਕਦੀ ਆ ਉਹਨੂੰ ਹੈਲਪ ਕਰਨੀ ਚਾਹੀਦੀ ਹੈ ਜੀ ਸੋ ਕੋਈ ਵੀ ਛੋਟੀ ਕੰਪਨੀ ਜਿਹੜੀ ਮੈਂ ਛੋਟੀ ਕਹਿੰਦਾ ਨਹੀਂ ਕਿ ਵੱਡੇ ਲਾਈਕ ਯੂ نو ਕੋਈ ਪੰਜ ਕੰਪਨੀ 10 20 ਟਰੱਕ ਜਿੰਨੇ ਵੀ ਤੁਹਾਡੇ ਆ ਤੁਸੀਂ ਨੈਪਟਾ ਦੀ ਵੈਬਸਾਈਟ ਦੇ ਉੱਤੇ ਜਾਓ ਉਹਨਾਂ ਦੇ ਪ੍ਰੀ ਨੇਗੋਸ਼ੀਏਟਿਡ ਫਿਊਲ ਡੀਲਸ ਆ ਜਿਹੜੀਆਂ ਤੁਹਾਨੂੰ ਇਕੱਲੇ ਟਰੱਕ ਨੂੰ ਨਹੀਂ ਮਿਲਣੀਆਂ ਉਹਨਾਂ ਦੀਆਂ 네ਗੋਸ਼ੀਏਟਡ ਟਾਇਰਸ ਡੀਲਸ ਆ ਉਹਨਾਂ ਦੀਆਂ ਰਿਪੇਅਰ ਡੀਲਸ ਉੱਥੇ ਅਵੇਲੇਬਲ ਹੋ ਗਈਆਂ ਜੀ ਸੋ ਇਸ ਕਰਕੇ ਮੈਂ ਇਸ ਕੰਮ ਦੇ ਵਿੱਚ ਜਿੰਨਾ ਬੰਦਿਆਂ ਨੇ ਵੀ ਸਾਡੇ ਨਾਲ ਕੰਮ ਕੀਤਾ ਮੈਂ ਉਹ ਚਾਹੂੰਗਾ ਕਿ ਉਹਨਾਂ ਦਾ ਧੰਨਵਾਦ ਕਰਨਾ ਆਈ ਥਿੰਕ ਦੇ ਹੈਵ ਡਨ ਅ ਰਿਮਾਰਕਬਲ ਵਰਕ ਜਿਹੜਾ ਕਿ ਬਿਲਕੁਲ ਇਹਨੂੰ ਆਪਾਂ ਜੇ ਕਹੀਏ ਨਾ ਕਿ ਸੈਲਫ ਸਰਵਿਸ ਜਾਂ ਵੀ ਕੋਈ ਸੈਲਫਲੈਸ ਸਰਵਿਸ ਆ ਕੋਈ ਇਹਦੇ ਵਿੱਚ ਸਾਡਾ ਏਜੰਡਾ ਨਹੀਂ ਸੀਗਾ ਕੋਈ ਇਹਦੇ ਵਿੱਚ ਸਾਡੇ ਐਕਸਟਰਾ ਪੈਸੇ ਨਹੀਂ ਸਾਨੂੰ ਮਿਲਣੇ ਸੀਗੇ ਜਸਟ ਬਿਕੋਜ਼ ਸਾਨੂੰ ਪਤਾ ਸੀਗਾ ਕਿ ਜਦੋਂ ਅਸੀਂ ਸ਼ੁਰੂ ਕੀਤਾ ਉਸ ਟਾਈਮ ਤੇ ਸਾਡੀ ਕਿਦਾਂ ਦੀ ਫੀਲਿੰਗ ਸੀਗੀ ਕਿ ਉਹਨਾਂ ਫੀਲਿੰਗਸ ਦੇ ਕੋਈ ਹੋਰ ਦੁਬਾਰਾ ਥਰੂ ਨਾ ਜਾਵੇ ਸੋ ਵੀ ਪ੍ਰੋਵਾਈਡ ਥੈਮ ਦ ਪਲੈਟਫਾਰਮ ਐਂਡ ਇਟ ਹੈਜ਼ ਵਰਕਡ ਵੈਰੀ ਵੈਲ ਜੀ ਜੀ ਐਂਡ ਜਿਨ੍ਹਾਂ ਨੇ ਨਹੀਂ ਐਡਵਾਂਟੇਜ ਲਿਆ ਮੈਂ ਚਾਹੂੰਗਾ ਕਿ ਨੈਕਟਾ ਤੋਂ ਜ਼ਰੂਰ ਐਡਵਾਂਟੇਜ ਲੈ ਐਂਡ ਯੂ ਨੋ ਇਹ ਤਾਂ ਆਫ ਕੋਰਸ ਯੂ ਨੋ ਜੋ ਤਾਂ ਤੁਹਾਡੀ ਨੈਸੈਸਿਟੀਜ਼ ਹੁੰਦੀਆਂ ਭਾਵੇਂ ਉਹ ਤੇਲ ਟਾਇਰ ਇਦਾਂ ਦੀ ਚੀਜ਼ਾਂ ਇਹਦੇ ਵਿੱਚ ਤਾਂ ਬੈਨੀਫਿਟਸ ਹੈਗੇ ਰਾਈਟ ਬਟ ਬਿਕਰਮਜੀਤ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਆਮ ਜਦੋਂ ਇਦਾਂ ਦੀ ਸੰਸਥਾ ਬਣਦੀ ਹੈ ਜੋ ਤੁਸੀਂ um you can share the experience you see share a device the information kar sakde ho ਉਹ ਕਿਸ ਤਰ੍ਹਾਂ ਬੈਨੀਫਿਟ ਕਰ ਰਹੀ ਹੈ ਖਾਸ ਕਰਕੇ ਛੋਟੇ ਫਰਮਸ ਨੂੰ ਜਾਂ ਇਨ ਜਨਰਲ ਰਾਈਟ ਸਮ ਟਾਈਮਸ ਸ਼ੇਅਰਡ ਐਕਸਪੀਰੀਅੰਸ ਸਾਰਿਆਂ ਨੂੰ ਬੈਨੀਫਿਟ ਕਰ ਸਕਦਾ ਹੈ ਉਹਦੇ ਬਾਰੇ ਸਾਨੂੰ ਦੱਸੋ ਵੇਖੋ ਅਸੀਂ ਇੱਥੋਂ ਤੱਕ ਪਹੁੰਚੇ 5-7 ਸਾਲ ਰੋਡ ਤੇ ਡਰਾਈਵ ਕੀਤਾ ਟਰੱਕ ਫਿਰ ਰਾਖਲੇ ਆਨਰ ਪੀਟਰ ਬਣੇ ਮਤਲਬ ਪਹੁੰਚਿਆ ਪਹੁੰਚਿਆ 14-15 ਸਾਲ ਲੱਗ ਗਏ ਠੀਕ ਹੈ ਜਿਹੜਾ ਇਹ ਪਲੇਟਫਾਰਮ ਨਾਪਟਾ ਦਾ ਤਿਆਰ ਹੋਇਆ ਉਹ ਸਾਰੀਆਂ ਚੀਜ਼ਾਂ ਦਾ ਜਿਵੇਂ ਗਿਆਰੀ ਮੱਲੀ ਭਾਜੀ ਪ੍ਰਾਈਮ ਲਿੰਕ ਤੋਂ ਯਾ ਰੋਮੀ ਪਿੰਡਰ ਜੰਮੂਲ ਡਿਸਟ੍ਰਿਕਟ ਤੋਂ ਰਮਨ ਭਾਜੀ ਯਾ ਜਿਹਨਾਂ ਦਾ ਸਾਰਾ ਟਰਕਿੰਗ ਦਾ ਐਕਸਪੀਰੀਅੰਸ ਹੈ ਜੀ ਸੀ 80 ਲਿਆ ਉਹਨਾਂ ਦੇ 200 ਟਰੱਕ ਆ ਉਹਨਾਂ ਦਾ ਵੀ ਟਰਕਿੰਗ ਦਾ ਐਕਸਪੀਰੀਅੰਸ ਇਹ ਸਾਰੇ ਪਹਿਲਾਂ ਟਰੱਕ ਡਰਾਈਵ ਕੀਤੇ ਮੜਕੇ ਆਪਣੇ ਲਈ ਉਹ ਸਾਰਾ ਕੁਝ ਪਾ ਕੇ ਨਚੋੜ ਕੇ ਇੱਕ ਚੀਜ਼ ਦੇ ਵਿੱਚ ਵੀ ਜਿੱਦਾਂ ਪਾ ਦਿੰਦੇ ਆਪਾਂ ਉਦਾਂ ਹੀ ਨਾਪਟਾ ਦੇ ਵਿੱਚ ਸਾਰਾ ਕੁਝ ਪਾਇਆ ਆ ਜਿੰਨੇ ਆਪਣੇ ਪੰਜਾਬੀ ਵੀਰ ਆ ਜਾਂ ਹੋਰ ਕਮਿਊਨਿਟੀਜ਼ ਦੇ ਵਿੱਚ ਵੀ ਆ ਉਹਨਾਂ ਨੇ ਜਿਵੇਂ ਵੀਰ ਜੀ ਉਹਨਾਂ ਨੇ ਦੱਸਿਆ ਵੀ 네ਗੋਸ਼ੀਏਟ ਕਰ ਲਈ ਇੱਧਰ ਉੱਧਰ ਜਾਂਦੀ ਲੋੜ ਨਹੀਂ ਸਾਰਾ ਕੁਝ ਕਰਕੇ ਬਣਾ ਕੇ ਚੀਜ਼ ਉਹਨਾਂ ਨੂੰ ਦਿੱਤੀ ਆ ਉਹਦਾ ਪੂਰਾ ਫਾਇਦਾ ਲੈਣ ਜੇ ਕੋਈ ਵੀ ਇਸ਼ੂ ਆ ਕੋਈ ਕੁਐਸਚਨ ਹੈ ਐਨੀ ਟਾਈਮ ਸਾਨੂੰ ਕਾਲ ਕਰਨਾ ਹੀ ਚਾਹੁੰਦੇ ਆ ਪੀ ਅਸੀਂ ਆਪਣੀ ਕੰਟਰੀ ਛੱਡ ਕੇ ਇੱਥੇ ਆਏ ਆ ਇੱਥੇ ਇੱਕ ਦੂਜੇ ਦੇ ਜਿੰਨੇ ਕੰਮ ਆ ਸਕਦੇ ਆ ਉਹਨੇ ਆਈਏ ਤੇ ਆਪਣੀ ਸਿੱਖ ਕਮਿਊਨਿਟੀ ਦਾ ਆਪਣੇ ਪੰਜਾਬੀਆਂ ਦਾ ਨਾਮ ਹੋਵੇ ਜਿਵੇਂ ਸਵਿਫਟ ਟਰਾਂਸਪੋਰਟ ਆ ਵੱਡੀਆਂ ਕੰਪਨੀਆਂ ਆ ਉਥੋਂ ਤੱਕ ਪਹੁੰਚੀਏ ਬੜੀ ਖੁਸ਼ੀ ਹੁੰਦੀ ਜਿਵੇਂ ਲੈਜੈਂਡ ਆ ਸਭ ਤੋਂ ਉੱਪਰ ਆ ਪੰਜਾਬੀਆਂ ਦੀਆਂ ਕੰਪਨੀਆਂ ਉੱਪਰ ਜਾਂਦੀਆਂ ਮੰਨੂ ਖੁਸ਼ੀ ਮਿਲਦੀ ਏ ਇਦਾਂ ਹੀ ਜਦੋਂ ਸਾਰੀਆਂ ਆਪਾਂ ਜਿੰਨੀਆਂ ਪੰਜਾਬੀ ਟਰਕਿੰਗ ਕੰਪਨੀਆਂ ਆ ਜਿੰਨੇ ਜਿਆਦੀ ਗ੍ਰੋਥ ਹੋ ਗਈ ਆਪਣੀ ਆਪਣਾ ਨਾਮ ਹੋਊਗਾ ਆਪਾਂ 네ਗੋਸ਼ੀਏਟ ਰੇਟ ਵੀ ਕਰ ਸਕਾਂਗੇ ਆਪਣੀ ਕੋਈ ਨਾ ਕੋਈ ਹੋਂਦ ਹੋਊਗੀ ਮਾਰਕੀਟ ਦੇ ਵਿੱਚ ਬਿਲਕੁਲ ਬਿਲਕੁਲ ਵਾਂਸ ਅਗੇਨ ਬਾਰਗੇਨਿੰਗ ਪਾਵਰ ਰਾਈਟ ਆਮ ਯੂ نو ਮੈਂ ਮੈਂ ਥੋੜੀ ਜੀ ਹੋਰ ਐਡਵਾਈਸ ਤੁਹਾਡੇ ਤੋਂ ਕੱਢਣਾ ਚਾਹੁੰਦੀ ਆ ਇੱਥੇ ਨਵੇਂ ਟਰੱਕਰਸ ਲਈ ਰਾਈਟ ਅਗਰ ਕੋਈ ਸਾਨੂੰ ਅੱਜ ਦੇਖ ਰਿਹਾ ਹੈ ਜੋ ਜੋ ਇਸ ਪਾਸੇ ਜਾਣਾ ਚਾਹੁੰਦੇ ਹੈ ਬਟ ਉਹਨਾਂ ਨੇ ਹਲੇ ਸਾਰੀ ਚੀਜ਼ਾਂ ਫਾਰਮੂਲਾਈਜ਼ ਨਹੀਂ ਕੀਤੀਆਂ ਉਹਨਾਂ ਦੇ ਕੋਲ ਮਤਲਬ ਫਲੈਕਸੀਬਿਲਟੀ ਹੈ ਰਾਈਟ ਤੁਸੀਂ ਕੈਲੀਫੋਰਨੀਆ ਦੇ ਵਿੱਚ অফਕੋਰਸ ਦਿਸ ਇਜ਼ ਅ ਵੈਰੀ ਬਹੁਤ ਹੀ ਵੱਡੀ ਮਾਰਕੀਟ ਹੈ ਟ੍ਰਾਂਸਪੋਰਟੇਸ਼ਨ ਦੀ রাইਟ um ਵੇਅਰ ਊਡ ਯੂ ਸੇ ਅਗਰ ਅਪਾ ਯੂਨਾਈਟਿਡ ਸਟੇਟਸ ਦੀ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਓਪਰਚ्युनिटी ਟ੍ਰਾਂਸਪੋਰਟੇਸ਼ਨ ਨੂੰ ਲੈ ਕੇ ਕਿੱਥੇ ਜ਼ਿਆਦਾ ਅਵੇਲੇਬਲ ਹੋਏਗੀ ਵੇਅਰ ਸ਼ੁਡ ਸਮਵਨ ਥਿੰਕ ਕਿ ਉਹ ਕਿ ਅਗਰ ਮੇਰਾ ਬਿਜ਼ਨਸ 5-10 ਸਾਲਾਂ ਦੇ ਵਿੱਚ ਕਿੱਥੇ ਥਾਂ ਤੇ ਪਹੁੰਚਾ ਹੋਏ ਵੇਅਰ ਇਜ਼ ਅ ਗੁੱਡ ਏਰੀਆ ਫਾਰ them to consider I I think um ਅਗੇਨ ਯੂ ਹੈਵ ਆਸਕਡ ਅ ਵੈਰੀ ਗੁੱਡ ਕੁਐਸਚਨ ਐਂਡ ਮਤਲਬ ਜੇ ਮੈਂ ਅੱਜ ਨਵੀਂ ਸ਼ੁਰੂ ਕਰਨੀ ਹੋਵੇ ਤੇ ਮੈਂ ਚੀਜ਼ਾਂ ਸਾਰੀਆਂ ਨੂੰ ਸੋਚੂਗਾ ਮੋਸਟਲੀ ਆਪਣੇ ਬੰਦੇ ਕੈਲੀਫੋਰਨੀਆ ਤੋਂ ਸ਼ੁਰੂ ਕਰ ਲੈਂਦੇ ਆ ਤੇ ਰੀਫਰ ਦੇ ਉੱਤੇ ਕੰਮ ਕਰਨਗੇ ਲਾਈਕ ਨਾਰਥ ਈਸਟ ਮਿਡਵੈਸਟ ਨੂੰ ਜੀ ਬਟ ਹੋਰ ਬਹੁਤ ਹੌਟ ਸਪੌਟਸ ਆ ਯੂ ਐਸ ਦੇ ਵਿੱਚ ਖਾਸ ਕਰਕੇ ਮਿਡਵੈਸਟ ਆ ਨਾਰਥ ਈਸਟ ਆ ਐਂਡ ਜਿਹੜਾ ਹੁਣ ਸਿੰਗਲ ਬੰਦਾ ਵਾ ਇੱਥੇ ਆਇਆ ਉਹਨੂੰ ਨਹੀਂ ਮੈਟਰ ਕਰਦਾ ਕਿ ਮੈਂ ਕੈਲੀਫੋਰਨੀਆ ਰਵਾਂ ਮੈਂ ਟੈਕਸਸ ਰਵਾਨ ਜਾਂ ਮੈਂ ਇੰਡੀਆਨਾ ਇਲਾਨੋਇਸ ਮਿਡ ਪਾਸੰਵਰ ਕੇ ਦਾ ਸੈਲਡਾਊਨ ਹਾਂ ਮੈਂ ਜ਼ਰੂਰ ਕਹਿਣਾ ਕਿ ਮਾਰਕੀਟ ਜਿਹੜੀ ਆ ਇਹ ਬਹੁਤ ਪ੍ਰਾਇਓਰਡਿਕ ਆ ਟ੍ਰਕਿੰਗ ਮਾਰਕੀਟ ਜਿਹ ਰਾਈਟ ਨਾਊ ਇਸ ਵੈਰੀ ਲੋਕਰੇਟਿਵ ਮਾਰਕੀਟ ਜੀ ਆ ਮੈਂ ਮਾਈ ਲਾਸਟ 20 ইয়ারਸ ਮੈਂ ਇਦਾਂ ਦੇ ਰੇਟ ਨਾ ਕਦੀ ਵੇਖੇ ਨਾ ਕਦੀ ਸੁਣਿਆ ਇਸ ਲਾਈਕ ਸੋ ਲੋਕਰੇਟਿਵ ਹੁਣ ਇਹਦੇ ਵਿੱਚ ਕੀ ਆ ਜੀ ਪ੍ਰੋਬਲਮ ਇਹ ਹੋਣੀ ਆ ਕਿ ਬਹੁਤ ਸਾਰੇ ਹੋਰ ਬਾਹਰੋਂ ਜਿਹੜੇ ਟ੍ਰੱਕਰਜ਼ ਆ ਜਾਣੇ ਆ ਐਂਡ ਉਹਨਾਂ ਦਾ ਸ਼ਾਇਦ ਇਨਕਸਪੀਰੀਅੰਸ ਨਾ ਹੋਵੇ ਜੀ ਉਜਰੂ ਆਉਂਦੇ ਆ ਉਹਨਾਂ ਨੇ ਦੇ ਆ ਟ੍ਰਾਈਿੰਗ ਟੂ ਟੇਕ ਇਟ ਵੈਨੇਜ ਆਫ ਥਿਸ ਮਾਰਕੀਟ ਐਂਡ THEN ਦੇ ਆਰ ਗੋਨ ਟੂ ਗੋ ਆਊਟ ਆਫ ਦ ਮਾਰਕੀਟ ਵੈਨ ਦ ਇਟਸ ਗੋਨਾ ਗੋ ਡਾਊਨ ਜੀ ਸੋ ਮੈਂ ਇਹ ਗੱਲ ਕਹਿਣਾ ਕਿ ਜਿਨ੍ਹਾਂ ਨੇ ਵੀ ਆਉਣਾ ਪਹਿਲੀ ਗੱਲ ਤੇ ਇਹਨੂੰ ਇਹ ਸਮਝ ਕੇ ਆਉਣਾ ਕਿ ਥਿਸ ਇਜ਼ ਦ ਲਾਈਫਸਟਾਈਲ ਦੈਟ ਵਨ ਆਈ ਦੈਟ ਆਈ ਵਾਂਟ ਟੂ ਅਡਾਪਟ ਓਕੇ ਸੈਕੰਡਲੀ ਦੇ ਸ਼ੁੱਡ ਬੀ ਏਬਲ ਟੂ ਰੈਕਗਨਾਈਜ਼ ਕਿ ਹੌਟ ਸਪੌਟ ਜਿਹੜੀ ਆ ਉਹ ਕਿੱਥੇ ਆ ਯੂ ਨੋ ਇੰਡੀਆਨਾ ਦੇ ਵਿੱਚ ਜਾਰਜੀਆ ਏਰੀਆ ਵਟ ਏਵਰ ਫਾਲੋ ਦ ਟ੍ਰੈਂਡ ਟ੍ਰੈਂਡ ਨੂੰ ਫਾਲੋ ਕਰਨ ਜੀ ਐਂਡ ਗੋ ਆਫਟਰ ਮੈਂ ਇੱਕ ਛੋਟੀ ਜੀ ਐਗਜ਼ਾਮਪਲ ਦੇਣਾ ਚਾਹਨਾ Amazon ਨੇ 30000 ਪਲਸ ਡਰਾਈਵਨਜ਼ ਆਰਡਰ ਕੀਤੀਆਂ ਹਾਂਜੀ ਸੋ ਆਬਵੀਅਸਲੀ ਥੇਅਰ ਇਜ਼ ਅ ਰੂਮ ਟੂ ਗਰੋ ਫਾਰ एवरीवन ਬੀਡੀ ਯਾ ਥੇਅਰ ਇਜ਼ ਨਫ ਵਰਕ ਫਾਰ एवरीवन ਇੱਕ ਜਰੂਰ ਮੈਂ ਗੱਲ ਹੋਰ ਕਹਿਣਾ ਚਾਹਨਾ ਇਥੇ ਜਸਟ ਬਿਕੋਜ਼ ਗਿਲਸਨ ਇੱਕ XYZ ਨਾ ਕੰਮ ਕਰਦਾ ਡਸਨਟ ਮੀਨ ਕਿ ਤੁਹਾਨੂੰ ਹੀ ਉਥੋਂ ਹੀ ਲੋਡ ਲੈਣੇ ਚਾਹੀਦੇ ਆ ਬਹੁਤ ਅਮਰੀਕਾ ਵੱਡਾ ਵਾ ਬੜੀ ਦੁਨੀਆ ਵਾ ਇਥੇ ਬਹੁਤ ਲੋਡ ਨੇ ਸਿਰਫ ਜਾ ਕੇ ਤੁਸੀਂ ਇੱਕ ਆਪਣਾ ਲੈ ਕੇ ਵਿਜ਼ਿਟਿੰਗ ਕਾਰਡ ਜਿੱਥੇ ਵੀ ਏਰੀਆ ਚ ਰਹਿੰਦੇ ਜਾ ਕੇ ਚਲ ਜਓ ਕਿ ਭਾਈ ਮੇਰੇ ਕੋਲ ਟ੍ਰੈਕਾ ਦੱਸਿਓ ਜੇ ਕੋਈ ਕੰਮ ਹੋਇਆ ਤੇ देयर आर so many things you can do ਜੇ ਤੁਸੀਂ ਨਹੀਂ ਹੈ ਰਿਕਵੈਲਿਫਾਈਡ ਸੇਲਸ ਪਰਸਨ ਹਾਇਰ ਕਰ ਸਕਦੇ ਜੀ ਜੀ ਅਮ ਸੋ ਐਕਸਪਲੋਰ ਦਾ ਮਾਰਕੀਟ ਥੋੜਾ ਜਿਹਾ ਗੈਟ ਆਊਟ ਆਫ ਯੂਅਰ ਕੰਫਰਟ ਜ਼ੋਨ ਐਂਡ देयर आर so many opportunities out there ਜੀ ਵੰਡਰਫੁਲ ਅਮ ਯੂ نو ਤੁਹਾਡੇ ਦੋਨਾਂ ਦੇ ਨਾਲ ਇਸ ਕੈਂਡੀਡਟ ਤਰੀਕੇ ਦੇ ਨਾਲ ਬਿਜ਼ਨਸ ਦੀ ਇਨਸਾਈਟ ਲੈਂਦੇ ਹੋਏ ਦ ਕਨਵਰਸੇਸ਼ਨ ਇਸ ਗੋਇੰਗ ਵੈਰੀ ਵੈਲ ਅਨਫੋਰਚਨਟਲੀ ਸਮਾਂ ਸਾਨੂੰ ਇੱਥੇ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ ਬਿਕਰਮ ਜੀ ਜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂ ਕਲੋਜ਼ਿੰਗ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਿਊਅਰਸ ਨੂੰ ਇਸ ਬਿਜ਼ਨਸ ਬਾਰੇ ਆਪਦੇ ਬਿਜ਼ਨਸ ਬਾਰੇ ਐਂਡ ਇਨ ਜਨਰਲ ਐਨੀ ਮਤਲਬ ਕਲੋਜ਼ਿੰਗ ਮੈਸੇਜ ਦੈਟ ਯੂ ਕੈਨ ਸ਼ੇਅਰ ਟੂ ਥੈਮ ਟਰਕਿੰਗ ਬਹੁਤ ਵਧੀਆ ਫੀਲਡ ਆ ਇਹਦੇ ਵਿੱਚ ਜਰੂਰ ਅੱਗੇ ਵਧਣਾ ਚਾਹੀਦਾ ਆ ਜਿਹੜੇ ਵੀ ਜਿੰਨਾਂ ਕੋ ਪੰਜ ਟਰੱਕ ਆ 10 ਟਰੱਕ ਆ ਆਪਣੇ ਗੋਲ ਛੋਟੇ-ਛੋਟੇ ਗੋਲ ਰੱਖਣੇ ਆ ਵੱਡੇ ਗੋਲ ਹੀ ਰੱਖਣੇ ਵੀ ਮੈਂ ਇੱਕਦਮ 100 ਤੇ ਲਾ ਜਾ 10 ਤੋਂ 20 ਦਾ ਰੱਖੋ 30 ਦਾ ਰੱਖੋ ਕਿਉਂਕਿ ਜਦੋਂ ਤੁਸੀਂ ਛੋਟੇ ਗੋਲ ਅਚੀਵ ਕਰਦੇ ਜੇ ਤੁਹਾਨੂੰ ਕੌਨਫੀਡੈਂਸ ਵੀ ਜ਼ਿਆਦਾ ਆਉਂਦਾ ਆ ਕਿਸੇ ਹਲ ਵੀ ਵੇਖ ਕੇ ਨਹੀਂ ਜਾਣਾ ਤੁਸੀਂ ਆਪਣਾ ਘਰ ਵੇਖ ਕੇ ਚੱਲਣਾ ਆ ਤੇ ਅਸੀਂ ਵੀ ਉੱਥੇ ਸ਼ੁਰੂ ਹੋਏ ਇੱਕ ਟਰੱਕ ਤੋਂ 10 ਉੱਥੋਂ ਅੱਗੇ ਗਏ ਆ ਤੇ ਬਹੁਤ ਇਹ ਕੰਟਰੀ ਬਹੁਤ ਵਧੀਆ ਆ ਜਿੰਨੀ ਮਿਹਨਤ ਕਰੋਗੇ ਓਨੇ ਵੱਧ ਪਰਮਾਤਮਾ ਤੁਹਾਨੂੰ ਭਾਗ ਲਾਊਗਾ ਪਰ ਬਿਜ਼ਨਸ ਐਥਿਕਸ ਦੇ ਨਾਲ ਸਟਕ ਰਹਿਣਾ ਤੁਹਾਨੂੰ ਜੀ ਜੀ ਹਾਂ ਜੀ ਜੇ ਤੁਹਾਡੇ ਚ ਐਥਿਕਸ ਬਿਜ਼ਨਸ ਐਥਿਕਸ ਹੈਗੇ ਆ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਮੈਂ ਸਾਰਿਆਂ ਨੂੰ ਇਹ ਹੀ ਕਹਿਣਾ ਚਾਹੁੰਦਾ ਵੰਡਰਫੁਲ ਹੈ ਸਿਮਰਨ ਜੀ ਕੂਜ਼ਿੰਗ ਮੈਸੇजेस ਆਈ ਥਿੰਕ ਆਲ ਦਾ ਕੁਛ ਆਪਾਂ ਕਵਰ ਕਰ ਲਿਆ ਬਟ ਜਿਹੜੀ ਨੀਤ ਆ ਆਬਵੀਅਸਲੀ ਆਪਾਂ ਨੀਤ ਪੰਜਾਬੀ ਚ ਕਹਿ ਦਿੰਨੇ ਆ ਇੱਥੇ ਬਿਜ਼ਨਸ ਐਥਿਕਸ ਲਾ ਲੋ ਉਹ ਜ਼ਰੂਰ ਜਿਹੜੇ ਆ ਉਹ ਮੈਂ ਸਾਰਿਆਂ ਨੂੰ ਕਹਿਣਾ ਕਿ ਸਾਡੇ ਪੰਜਾਬੀ ਹੋਣ ਦੇ ਬੜੀ ਵੱਡੀ ਜ਼ਿੰਮੇਵਾਰੀ ਆ ਕਿ ਅਸੀਂ ਜਿਹੜੇ ਐਥੀਕਲ ਬਿਜ਼ਨਸ ਕਰੀਏ ਮੈਂ ਫੇਰ ਇਹ ਗੱਲ ਕਹਿਣਾ ਚਾਹੁੰਦਾ ਕਿ ਬਹੁਤ ਸਾਰਾ ਕੰਮ ਜੇ ਐਮਾਜ਼ੋਨ 30000 ਡਰਾਈਵਨ ਪਾ ਕੇ ਵੀ ਉਹਨਾਂ ਨੂੰ ਡਰਾਈਵਨ ਨਹੀਂ ਲੱਭ ਰਹੀ ਸੋ ਆਬਵੀਅਸਲੀ देयर इज अ प्लानिंग ऑफ वर्क फॉर एवरीबॉडी ਜੀ ਅ ਸੋ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹੁੰਦਾ ਕਿ ਸਹੀ ਨੀਤ ਨਾਲ ਕੰਮ ਕਰੋ ਜੇ ਪ੍ਰਮਾਤਮਾ ਨੇ ਸਾਨੂੰ ਭਾਗ ਲਾਏ ਆ ਤੇ ਤੁਹਾਨੂੰ ਵੀ ਜ਼ਰੂਰ ਲੱਗਣਗੇ ਤੇ ਮੈਂ ਤੁਹਾਡੀ ਟੀਮ ਦਾ ਇੱਕ ਵਾਰੀ ਫੇਰ तहे ਦਿਲੋਂ ਮਸ਼ਕੂਰ ਹਾਂ ਕਿ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ ਇੱਥੇ ਆਏ ਜੇ ਸਾਡੀ ਗੱਲ ਸੁਣ ਕੇ ਕਿਸੇ ਦਾ ਜੇ ਭਲਾ ਹੁੰਦਾ ਇਹਦੇ ਨਾਲੋਂ ਵੱਡੀ ਖੁਸ਼ੀ ਵਾਲੀ ਗੱਲ ਸਾਡੇ ਵਾਸਤੇ ਨਹੀਂ ਹੋ ਸਕਦੀ ਸੋ ਇੱਕ ਵਾਰੀ ਆਪ ਦਾ ਫੇਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਤੁਹਾਨੂੰ ਦੋਨਾਂ ਨੂੰ ਤੁਹਾਡੀ ਵੰਡਰਫੁਲ ਬਿਊਟੀਫੁਲ ਮਿਸਸਿਸ ਨਿਊ ਬੋਥ ਆਫ ਦਾ ਵਾਈਫਸ ਔਰ ਵੰਡਰਫੁਲ ਤੁਹਾਡੀ ਥੀਮ ਬਹੁਤ ਵਧੀਆ ਤਰੀਕੇ ਨਾਲ ਲੱਗ ਕੇ ਕੰਮ ਕਰ ਰਹੀ ਹੈ ਪਲੇਜ਼ਰ ਮੀਟਿੰਗ एवरीवन ਇਥੇ ਮੈਂ ਵਿਊਅਰਸ ਨੂੰ ਕਹਿਣਾ ਚਾਹੁੰਦੀ ਹਾਂ ਜਾਂਦੇ ਜਾਂਦੇ ਅਗਰ ਤੁਸੀਂ ਗਿਲਸ ਇਨ ਟਰਕਿੰਗ ਦੇ ਨਾਲ ਕਨੈਕਟ ਕਰਨਾ ਚਾਹੁੰਦੇ ਹੋ ਸਕਰੀਨ ਤੇ ਲਿਖੇ ਹੋਏ ਤੁਸੀਂ ਨੰਬਰਸ ਕੰਟੈਕਟ ਇਨਫੋਰਮੇਸ਼ਨ ਨੂੰ ਨੋਟ ਕਰ ਲਓ ਅਗਰ ਤੁਸੀਂ ਜਿਸ ਤਰ੍ਹਾਂ ਹਰਸਿਮਰਨ ਜੀ ਦੱਸ ਰਹੇ ਸੀ ਨੈਪਟਾ ਨਾਰਥ ਅਮਰੀਕਨ ਪੰਜਾਬੀ ਟਰਕਰਸ ਐਸੋਸੀਏਸ਼ਨ ਦੇ ਨਾਲ ਕਨੈਕਟ ਕਰਨਾ ਚਾਹੁੰਦੇ ਹੋ ਉਹਦੀ ਵੀ ਇਨਫੋਰਮੇਸ਼ਨ ਸਕਰੀਨ ਤੇ ਲਿਖੀ ਹੋਈ ਹੈ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਇਸ ਐਪੀਸੋਡ ਨੂੰ ਲੈ ਕੇ ਤੁਸੀਂ ਸਾਨੂੰ ਵੀ ਲਿਖ ਸਕਦੇ ਹੋ info@justbroadcasting.com ashmita@justbroadcasting.com ਹੁਣ ਸਾਨੂੰ ਸਾਰਿਆਂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ